18 ਤਰੀਕ ਰਾਤ ਨੂੰ ਜਦੋਂ ਜਸਪਾਲ ਨੂੰ ਘਰੋਂ ਚੁੱਕਿਆ ਜਾਂਦਾ ਵਾ, ਉਦੋਂ ਕਿਸੇ ਨੂੰ ਵੀ ਖਬਰ ਨਹੀਂ ਸੀ ਕਿ ਜਸਪਾਲ ਨਾਲ ਇਹ ਕੁਛ ਹੋ ਜੂਗਾ। 19 ਤਰੀਕ ਨੂੰ ਪਰਿਵਾਰ ਨੂੰ ਪਤਾ ਲੱਗਦਾ, ਜਦੋਂ ਉਸ ਤੋਂ ਬਾਅਦ 'ਚ ਕਾਰਵਾਈ ਸਟਾਰਟ ਹੁੰਦੀ ਆ, ਫਿਰ ਪਤਾ ਲੱਗਦਾ ਕਿ ਜਸਪਾਲ ਦੀ ਮੌਤ ਹੋ ਚੁੱਕੀ ਆ। ਉਸ ਤੋਂ ਬਾਅਦ 'ਚ ਪਤਾ ਲੱਗਦਾ ਕਿ ਇੱਕ ਪ੍ਰਸ਼ਾਸਨ ਵੱਲੋਂ ਵੀ ਕਿਸੇ ਨੇ ਆਤਮ ਹੱਤਿਆ ਕਰ ਲਈ ਆ। ਇਹ ਸਾਰੀਆਂ ਕੜੀਆਂ ਜੁੜਦੀਆਂ ਗਈਆਂ, ਪਰ ਜੇ ਹੁਣ ਇੰਨੇ ਦਿਨਾਂ ਬਾਅਦ ਜੇ ਗੱਲ ਕਰਦੇ ਹਾਂ ਤਾਂ ਜਸਪਾਲ ਦੀ ਲਾਸ਼ ਦਾ ਥੋ ਪਤਾ ਨਹੀਂ ਲੱਗ ਰਿਹਾ। ਪੁਲਿਸ ਕਸਟਡੀ ਦੇ ਵਿੱਚ ਮੌਤ ਹੋ ਜਾਂਦੀ ਆ। ਜਸਪਾਲ ਦੀ ਲਾਸ਼ ਨੂੰ ਚੁੱਕ ਕੇ ਨਹਿਰ ਵਿੱਚ ਰੋੜ ਦਿੱਤਾ ਜਾਂਦਾ, ਪੁਲਿਸ ਵਾਲੇ ਫੜ ਲਏ ਜਾਂਦੇ ਆ, ਪਰ ਪ੍ਰਸ਼ਾਸਨ ਵੱਲੋਂ ਜਿਹੜੀ ਮੇਨ ਕਾਰਵਾਈ ਆ, ਜੇ ਤੱਕ ਲਾਸ਼ ਦੀ ਜਿਹੜਾ ਪਰਿਵਾਰ ਹੁਣ ਲਾਸ਼ ਬਣਿਆ ਇੱਥੇ ਬੈਠਾ ਵਾ SP ਦਫ਼ਤਰ ਦੇ ਸਾਹਮਣੇ, ਦੇਖ ਸਕਦੇ ਹਾਂ ਸਾਰਾ ਪਰਿਵਾਰ, ਜਸਪਾਲ ਦੇ ਮੰਮੀ ਪਾਪਾ ਉਹਦੇ ਨਾਨਾ ਜੀ ਸਾਰੇ ਪਹਿਲੋਂ ਵੀ ਅਕਾਲ ਚਲਣ ਦੇ ਮਾਧਿਅਮ ਰੂਬਰੂ ਹੋਏ ਸੀ, ਅੱਜ ਫਿਰ ਰੂਬਰੂ ਹੋਏ ਆ। ਇਨਸਾਫ ਦੀ ਗੁਹਾਰ ਲਗਾ ਰਹੇ ਆ ਕਿ ਜੇ ਤੁਸੀਂ ਪੁੱਤ ਨਹੀਂ ਦੇਣਾ, ਪੁੱਤ ਦੀ ਲਾਸ਼ ਦੇ ਦਿਓ। ਪਰ ਪ੍ਰਸ਼ਾਸਨ ਪਤਾ ਨਹੀਂ ਕਿੱਥੇ ਸੌਂ ਰਿਹਾ। ਕਈ ਦਿਨਾਂ ਤੋਂ ਸੰਘਰਸ਼ ਕਮੇਟੀ ਜਿਹੜੀ ਇੱਥੇ ਨਾਲ ਬੈਠੀ ਹੈਗੀ ਆ, ਅਤੇ ਧਰਨਾ ਜਿਉਂ ਦਾ ਤਿਉਂ ਚੱਲ ਰਿਹਾ, ਪਰ ਅਜੇ ਤੱਕ ਪਰਿਵਾਰ ਦੇ ਪੱਲੇ ਕੁਛ ਨਹੀਂ ਪਿਆ। 2 ਦਿਨ ਪਹਿਲੋਂ ਇੱਕ ਲਾਸ਼ ਬਾਰੇ ਪਤਾ ਲੱਗਦਾ ਕਿ ਉਹ ਲਾਸ਼ ਸ਼ਾਇਦ ਜਸਪਾਲ ਦੀ ਹੋ ਸਕਦੀ ਆ। ਪ੍ਰਸ਼ਾਸਨ ਦੇ ਨਾਲ ਪਰਿਵਾਰ ਪਹੁੰਚਦਾ, ਪਰ ਉਹ ਲਾਸ਼ ਕਿਸੇ ਹੋਰ ਦੀ ਨਿਕਲਦੀ ਆ। ਉਹਦੇ ਵਾਸਤੇ ਵੀ ਗੱਲਬਾਤ ਕਰਾਂਗੇ, ਅਤੇ ਨਾਲੇ ਪੁੱਛਦੇ ਹਾਂ ਜਸਪਾਲ ਦੇ ਨਾਨਾ ਨੂੰ ਕਿ ਇੰਨੇ ਦਿਨਾਂ ਤੋਂ ਇੱਥੇ ਬੈਠੇ ਹੈਗੇ ਆ, ਪ੍ਰਸ਼ਾਸਨ ਵੱਲੋਂ ਤੁਹਾਨੂੰ ਮਿਲਣ ਵਾਸਤੇ ਆਇਆ, ਸਿਆਸੀ ਲੀਡਰ ਕੌਣ ਕੌਣ ਪਹੁੰਚਿਆ ਇੱਥੇ। ਸ਼ਾਇਦ ਸਿਆਸਤ ਉਦੋਂ ਕੀਤੀ ਜਾਂਦੀ ਆ ਜਦੋਂ ਇਹੋ ਜਿਹੇ ਭਾਣੇ ਵਰਤ ਜਾਂਦੇ ਆ, ਪਰ ਅਜੇ ਤੱਕ ਕੋਈ ਬਿਆਨ ਤੱਕ ਨਹੀਂ ਆਇਆ ਸਰਕਾਰ ਵੱਲੋਂ, ਕੋਈ ਨੁਮਾਇੰਦਾ ਨਹੀਂ ਪਹੁੰਚਿਆ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਸਤੇ। ਦੂਜੇ ਪਾਸੋਂ ਜੇ ਪੱਖ ਰੱਖੀਏ ਆਪਾਂ, ਇੱਥੇ ਸੁਖਬੀਰ ਸਿੰਘ ਬਾਦਲ ਪਹੁੰਚੇ ਸੀ, ਅਤੇ ਹੋਰ ਵੀ ਨੁਮਾਇੰਦੇ ਕਈ ਪਹੁੰਚੇ ਹੈਗੇ ਆ, ਪਰ ਮਸਲਾ ਜਿਉਂ ਦਾ ਤਿਉਂ ਆ। ਪਹਿਲੋਂ ਆਪਾਂ ਗੱਲ ਕਰਦੇ ਹਾਂ ਕਿ 2 ਦਿਨ ਪਹਿਲੋਂ ਜਿਹੜੀ ਲਾਸ਼ ਦਾ ਪਤਾ ਲੱਗਾ ਸੀ, ਉਹ ਲਾਸ਼ ਕਿਸ ਦੀ ਸੀ, ਕੌਣ ਸੀ ਉਹ, ਅਤੇ ਪਰਿਵਾਰ ਨੂੰ ਇੱਕ ਹੌਂਸਲਾ ਸੀ ਕਿ ਸ਼ਾਇਦ ਪੁੱਤ ਦੀ ਲਾਸ਼ ਮਿਲ ਜੂਗੀ, ਪਰ ਫਿਰ ਵਾਪਸ ਉਸੇ ਤਰ੍ਹਾਂ ਹੀ। ਜਸਪਾਲ ਦੇ ਨਾਨਾ ਜੀ ਨਾਲ ਹੈਗੇ ਆ ਸਾਡੇ, ਜਦੋਂ ਤੁਸੀਂ ਲਾਸ਼ ਲੈਣ ਗਏ ਸੀ ਤਾਂ ਕੀ ਪਤਾ ਲੱਗਾ ਸੀ ਉੱਥੇ? ਇੱਥੋਂ 2 ਕਰਮਚਾਰੀ ਬਾਹਰ ਆਏ, SSP ਸਾਹਿਬ ਆਵੇ, DSP ਆਇਆ ਇੱਥੇ, ਸਾਰਿਆਂ ਨਾਲ ਗੱਲ ਕੀਤੀ ਵੀ ਇੱਕ ਲਾਸ਼ ਆਪਾਂ ਨੂੰ ਮਿਲੀ ਆ ਇੱਧਰ ਹਨੁਮਾਨਗੜ੍ਹ ਦੇ ਅੱਗੇ, ਉਹ ਹੋ ਸਕਦੀ ਆ ਜਸਪਾਲ ਦੀ ਹੋਵੇ। ਸਾਨੂੰ 2 ਕਰਮਚਾਰੀ ਤੜਕੇ ਆਉਂਦੇ ਵੀ ਅਸੀਂ ਤੁਹਾਡੇ ਨਾਲ ਚੱਲਾਂਗੇ, ਨਾਲ ਜਾ ਕੇ ਲਾਸ਼ ਦੀ ਪੁਸ਼ਟੀ ਕਰਾਵਾਂਗੇ, ਅਤੇ ਅਸੀਂ ਗੱਡੀਆਂ ਲੈ ਚੱਲਾਂਗੇ ਆਪਦੀਆਂ। ਅਸੀਂ ਆਉਂਦੀ ਜਾ ਅਸੀਂ ਆਪਦੀ ਗੱਡੀ ਇੱਕ ਲਿਜਾਵਾਂਗੇ, ਇੱਕ ਤੁਹਾਡੀ ਉਹ ਸੀ, 2 ਜਣੇ ਉਹ, ਇੱਕ ਮੰਮੀ, ਦੂਜੇ ਦਿਨ ਲਾਡੀ ਦੀ, ਲਾਡੀ ਕਹਿੰਦੇ ਅਸੀਂ ਤਾਂ ਛੋਟਾ ਨਾਮ ਲਾਡੀ ਸੀ, ਇੱਕ ਉਹਦਾ ਡੈਡੀ, 5-4 ਜਣੇ ਹੋਰ ਗਏ, ਅਤੇ ਉਹ ਜਦੋਂ ਲਾਸ਼ ਵੇਖੀ ਉਹ ਸਾਡੀ ਨਹੀਂ ਸੀ। ਉਹਨਾਂ ਸਾਡੇ ਬੱਚੇ ਦਾ ਕੱਦ ਹੈਗਾ ਸੀ 5'3-4", ਅਤੇ ਉਹਦਾ ਕੱਦ ਉਹ 10 ਇੰਚੀ ਤੋਂ ਲੈ ਕੇ ਉੱਤੇ ਸੀ, 5'10-11" ਸੀ। ਨਾਲੇ ਉਹ ਜਿਹੜੀ ਲਾਸ਼ ਸੀ ਉਹਨਾਂ ਦੇ ਡਾਕਟਰ ਨੇ ਉੱਥੋਂ ਪੁਸ਼ਟੀ ਕੀਤੀ ਆ ਵੀ ਇਹ 5-6 ਦਿਨ ਦੀ ਹੋ ਸਕਦੀ ਹੈ, ਇਹਦੇ ਵੱਧ ਨਹੀਂ ਹੋ ਸਕਦੀ, ਕਿਉਂ ਉਹਨੇ ਖੰਡਨ ਕੀਤਾ ਸੀ, ਖੇਸ ਨਾਲ ਮਲ ਕੇ ਲਾਸ਼ ਵੇਖੀ ਸੀ, ਅਤੇ ਉਹਦੇ ਉੱਤੋਂ ਕੋਈ ਚੀਜ਼ ਨਹੀਂ ਲੱਥੀ ਸੀ। ਸਾਡੇ ਬੱਚੇ ਦੀਆਂ ਅੱਖਾਂ ਸਫੈਦ ਸੀ, ਇਹ ਅੱਖਾਂ ਜਿਹੜੀਆਂ ਬਿੱਲੀਆਂ ਸੀ, ਸਾਨੂੰ ਭੋਰਾ ਜਨਾਨੀ ਉਹਦਾ ਮਤਲਬ ਵੇਹਦੇ ਰਹੇ। ਇੱਕ ਸਾਡੇ ਜਿਹੜਾ ਲਾਡੀ ਸੀ ਉਹਦੇ ਬਾਂਹ ਦੇ ਉੱਤੇ ਨਿਸ਼ਾਨ ਸੀ, ਉਹ ਨਹੀਂ ਸਾਨੂੰ ਮਿਲਿਆ, ਕੋਈ ਚੀਜ਼ ਨਹੀਂ ਮਿਲੀ, ਅਸੀਂ ਛੱਡ ਕੇ ਆ ਗਏ। ਡਾਕਟਰ ਵੀ ਕਹਿ ਰਿਹਾ ਇਹ 35-40 ਸਾਲ ਦੀ ਲਾਸ਼ ਆ, ਸਾਡਾ 22-23 ਸਾਲ ਦਾ ਬੱਚਾ ਸੀ, ਉਹ ਸਾਨੂੰ ਉੱਥੇ ਦ੍ਰਿਸ਼ਟੀ ਨਹੀਂ ਹੋਈ, ਅਸੀਂ ਫਿਰ ਮੋੜ ਆਏ ਜਦੋਂ ਸਾਡੀ ਲਾਸ਼ ਨਹੀਂ ਸੀ। ਉਹ ਫਿਰ ਕਹਿ ਰਿਹਾ ਸੀ ਉਹ ਟੈਸਟ ਇੱਕ ਹੁੰਦਾ, ਉਹ ਕਰਾ ਲਓ, ਅਸੀਂ ਆਖਿਆ ਕਰਾਈਏ ਕਿ ਜੋ DNA ਟੈਸਟ ਹੁੰਦਾ, ਅਤੇ ਉਹ ਅਸੀਂ ਕਰਾਈਏ ਕਿ ਜੋ ਸਾਡੀ ਲਾਸ਼ ਨਹੀਂ ਸੀ। ਅਸਲ ਮਾਂ ਬੱਚੇ ਨੂੰ ਪਾਲਦੀ ਆ, ਬੱਚੇ ਨੂੰ ਜਨਮ ਦਿੰਦੀ ਆ, ਜੇ ਮਾਂ ਨੂੰ ਨਾ ਪਤਾ ਹੋਊਗਾ ਤਾਂ ਫਿਰ ਉਹ ਕਿਹਨੂੰ, ਕੋਈ ਉਹਨੂੰ ਪਤਾ ਨਹੀਂ ਲੱਗਿਆ, ਤਰਲੇ ਮਾਰਦੇ ਰਹੀ, ਚਲੋ ਤਰਲੇ ਰਹੇ ਵੀ ਸਾਡੀ ਲਾਸ਼ ਹੀ ਸਾਨੂੰ ਮਿਲ ਜਾਵੇ, ਇੰਨੀ ਬਹੁਤ ਅਸੀਂ ਚਲੋ ਕਿਸੇ ਦੀ ਚੀਜ਼ ਦੀ ਸਾਨੂੰ ਮੰਗ ਨਹੀਂ, ਗੁਜ਼ਾਰਾ ਕਰ ਲਾਂਗੇ, ਐਡੀ ਖਾਸ ਗੱਲ ਕੋਈ ਨਹੀਂ ਸੀ। ਕੋਈ ਸਾਡੇ ਕੋਲ ਕਿਸੇ ਕਿਸਮ ਦਾ, ਜਿਹੜਾ ਇਸ ਟਾਈਮ 'ਤੇ ਮੌਜੂਦਾ ਸਰਕਾਰ ਆ, ਕੋਈ ਬੰਦਾ ਸਾਡੇ ਕੋਲ ਹਾਦਾ ਨਾਰਾ ਮਾਰਨ ਵਾਸਤੇ ਨਹੀਂ ਆਇਆ ਕਿ ਢਿਲੋਨਾ 'ਚ ਕੋਈ ਬਿਆਨ ਦਿੱਤਾ, ਅਸੀਂ ਤਾਂ ਨਹੀਂ ਪੜਿਆ, ਉਹਨਾਂ ਨੇ ਬਿਆਨ ਦਿੱਤਾ, ਕੀ ਪਤਾ ਕੀ ਦਿੱਤਾ ਕੀ ਨਹੀਂ ਦਿੱਤਾ, ਜਦੋਂ ਸਾਡੇ ਕੋਲ ਨਹੀਂ ਆਇਆ ਬਿਆਨਾਂ ਨੂੰ ਅਸੀਂ ਕੀ ਕਰਾਂਗੇ। ਅਸੀਂ SSP ਬੂਹੇ ਦੇ ਅੱਗੇ ਬੈਠੇ ਹਾਂ, ਅੱਜ 10-11 ਦਿਨ ਹੋ ਗਏ ਸਾਨੂੰ, ਕੋਈ ਨਹੀਂ ਬਿਮਾਰ ਹੋਏ, ਕੋਈ ਇੱਥੇ ਤੁਹਾਡੇ ਕੋਲ ਪਹੁੰਚਦਾ ਵਾ, ਕੋਈ ਗੱਲਬਾਤ ਕਰਨ ਵਾਸਤੇ ਆਉਂਦਾ ਤੁਹਾਡੇ ਨਾਲ? ਹਾਂ, ਬਾਦਲ ਸਾਹਿਬ ਉੱਥੇ ਗਏ ਸੀ, ਇਹ ਲੰਮੀ ਪਿੰਡ ਪੰਜਾਬੇ ਸੁਖਵੀਰ ਫਿਰ ਇੱਥੇ ਆਇਆ ਸੀ, ਰਣੀ ਕੇ
एक अपना होर आया, सारे आउंदे आ। एक साढ़े बराड़ साहब का मुंडा अवतार बराड़ साहब का बब्बू बराड़, वो जी रात कट के गया साढ़े बिच, वो रात पै के गया बेंटी रमाणा, वो साढ़े तीन चार घंटे ला के गया। फिर आ जिदन धरना सी पानी चाह वो पिंदा रहा लोगों को, असी की गल करिए तो कि छड़िए। सू तो आपकी जी सरकार आ मजबूत आ, सू एक जी ने यह भी नहीं आख्या भी तुम इतने क्यों बैठे हाँ, केड़ी गल आ, इन्ने बच्चे तकरहा का नारा नहीं मारिया, एड्डी जालम सरकार हो गई कि असी माड़ा सरकार का कर लिया, सारे दो दो किले साढ़े को पैली आ, की माड़ा सरकार का कर लिया। ये सरकार नू शुरू तो लैके वोटा पाते आए हैं, वर्कर भी कांग्रेस पार्टी के। हाँ जी, एक दिन पहलों किक्की ढिलों का साढ़े को गया, नुमाइंदी करते रहे हम साढ़े ना रिश्तेदारियां वागू, उन्होंने मेरा इतों तो करनी असी उन्होंने साढ़े सदते हैं, ब्याहों शादियों तो आते हैं। अज साढ़े खुरे की सानू कह रहा तुम इस तरह किया, असं कख नहीं किया, आवाज़ ही आ रही साढ़े जो दुखी हाँ, दुखी तो आवाज़ जो जी मर्जी कटे वह जी आवाज़ ही आनी है, फिर साढ़े मूँह आवाज़ ही आई अज दुखी हाँ, कोई साड़ी किसी ने बाह नहीं फड़ी, एक आ कमेटी आए, एक जनता बाहर का मुल्क हर एक साड़ी सुन रहा है, मतलब साड़ी हिंदुस्तान सरकार ने कोई नहीं सुनी। असी राहुल गांधी राहुल गांधी ना आयोजे तक रिकॉर्ड ला रहे हैं, पर उत्ते साड़ी गल जाए तो उन्हें पता लगे, सानू मेहनत आज कि वो ज्यौदा जागता साड़ी आवाज़ सुने, शायद सानू कोई इंसाफ दवा दे, वो भी मीडिया मीडिया राही आवाज़ तुहाडी इस टाइम जरूर सुनी, मीडिया राही आवाज़ जाए उत्थे वो सुने साड़ी, वो अज इत्थे फरीदकोट दा जावे सानू लाश ही दवा दे, लाश नहीं तो उहदा पिंजर ही दवा दे, असीं घर लैके चले जाइए। सानू रुच सारे तुरे फिरदे आ वोटां दे विच, उस तों बाद च क्यों भुल जांदे कि उह वर्कर आ जिन्हां ने सिरां ते ताज बन दिंदे आ, एम पी बना दिंदे आ, एम एल ए, बाद च भुल जांदे सारे। ऐं तां जी आ पहली बार साढ़े नाल वापरिया, ये किसी नाल घटना नाल वापरे, बच्चे की घटना नाल वापरे, क्यों मावां नूं दुख बड़ा बच्चे का, क्यों उन्होंने जन्म दिता हों, तोड़ तिकर पालिया हों, माँ करके दुख आ, अज भी नहीं कुड़ी आ, सारा कुछ करते रहे, झोलियां वड्डियां इस जगह से बीमार ही होए, साड़ी किसी ने सुनी। प्रशासन वालों कोई तुहानू मिलन आउंदा जी, एस पी दफ्तर के सामने तुसीं बैठे आ, प्रशासन का नुमाइंदा तुहानू मिलदा कोई? ना जी, कोई नहीं मिलता, सानू तो इहो ही कह दिंदे आ भी वह गोताखोर लिया फलाना लिया, साढ़े अज बंदे भी गए आ, सानू सगों आप नूं इजाजत मिल जाती उस लाश ही लभ लेंदे, दो बंदे भी फड़े आ उन्हां तो चलो इन्नी गल पुछ लैन भी लाश कित्थे सिट्टी आ, सानू तरुष्टि हो जाए अं आपदे बंदे लिजा के तो लाश कढ ली, अज गोताखोर मंगवाए आ, की पता मिल रही कि नहीं मिल, जो अगे आई फिर तुम दस देंगे, साडा तो बोलना पा जरा बंद होया पा, कि कुछ बोली जाइए, साडा तो दम ही नहीं रह गया, साड़ी मौत हो जाए चंगा सारे जीवन से, चलो खड़ा साडा छुटे वो भी नहीं छुट रहा, सारा कुछ झोली अड़ के तुरे फिरे, मुल्क अगे भी तुरे फिरे, मुल्क बेचारा कट्ठा हों रात में चले जाता की आ, कमेटी साढ़े को बैठी निके निके गुडिया बैठिया साढ़े को, फुलका गुरुद्वारा अं तो फुलका भी नहीं खवा सकते किसी को, फुलका इतों मेडिकल के कोल गुरुद्वारा उत्थों आ जाता, वह छकते हैं दिन रात का करके छकते, इन्ने जोगे है नहीं दे, मुल्क नूं खोण ही जोगे कुछ साढ़े कोल कख नहीं, तो की करिए, सानू कोई पैसे लैन का ये नहीं, चाह पुत की लाश नहीं बेचनी, पुत इस करके नहीं जमे भी अज मरुआ साडा पुत वेचद, वादू आ कोई गल नहीं जी, आ पाव लख साढ़े सिर ते आ, सानू पाव लख का सहारा, पिंडां का सहारा, संघराउर का सहारा, ਇਹ ਨਸਲ ਦੇ ਚਰਿੰਦੇ ਉਹਨਾਂ ਦਾ ਸਾਰਾ ਮੁਲਕ ਦਾ ਸਾਰਾ, ਸਾਨੂੰ ਇਸ ਗੌਰਮੈਂਟ ਦੇ ਕੋਲੋਂ ਇਹ ਕੱਖ ਨਹੀਂ ਮੰਗਦੇ ਵੀ ਸਾਨੂੰ ਆਹ ਵੀ ਆਣ ਕੇ ਦੇ ਦਿਓ, ਸਾਨੂੰ ਉਹ ਨਹੀਂ ਕਹਿ ਦੇ ਰਹੋ ਵੀ ਤੁਸੀਂ ਚਲੇ ਜਾਓ ਤੁਹਾਡਾ ਬੱਚਾ ਹੀ ਮਾਰਤਾ, ਇੰਨੀ ਸਾਰਿਆਂ ਦੇ ਅੱਗੇ ਨਗਰ ਦੇ ਅੱਗੇ ਇੰਨੀ ਕਹਿ ਦਿਓ ਵੀ ਬੱਚਾ ਤੁਹਾਡਾ ਮਰ ਗਿਆ ਅਸੀਂ ਮਾਰਤਾ, ਅਸੀਂ ਉੱਠ ਕੇ ਚਲੇ ਜਾਵਾਂ, ਅਸੀਂ ਕੀ ਕਰ ਸਕਦੇ ਹਾਂ, ਹੋਰ ਸਾਡਾ ਬੋਲਣ ਤੋਂ ਸਾਡਾ ਜੀ ਨਹੀਂ ਕਰਦਾ ਹੁਣ। ਬਿਲਕੁਲ ਜੀ, ਅਸਮਰਥ ਹੈਗੇ ਬੋਲਣ ਤੋਂ, ਕਈ ਦਿਨ ਹੋ ਗਏ ਆ, ਬਜ਼ੁਰਗ ਜਦੋਂ ਮੈਂ ਗੱਲ ਕੀਤੀ ਸੀ ਤਾਂ ਕਹਿ ਰਹੇ ਸੀ ਕਿ ਸ਼ਾਇਦ ਬੋਲਣ ਨੂੰ ਮਨ ਨਹੀਂ ਕਰਦਾ, ਕਿਉਂਕਿ ਅਸੀਂ ਕੇਵਲ ਮੀਡੀਆ ਦਾ ਫਰਜ਼ ਹੁੰਦਾ ਆਵਾਜ਼ ਬੁਲੰਦ ਕਰਨੀ, ਜਿਵੇਂ ਬਜ਼ੁਰਗਾਂ ਨੇ ਕਿਹਾ ਹੈਗਾ ਕਿ ਸ਼ਾਇਦ ਇਹ ਆਵਾਜ਼ ਜਿਹੜੀ ਹੈਗੀ ਆ ਰਾਹੁਲ ਗਾਂਧੀ ਤੱਕ ਪਹੁੰਚੇ ਅਤੇ ਉਹ ਆਪਣੀ ਸਰਕਾਰ ਨੂੰ ਕਹਿਣ ਕਿ ਆਪਣਾ ਨੁਮਾਇੰਦਾ ਭੇਜੋ ਇੱਥੇ, ਪਰਿਵਾਰ ਦੀ ਸਾਰ ਲਈ ਜਾਵੇ। ਵੇਖ ਸਕਦੇ ਹਾਂ ਨਾਨਾ ਜੀ, ਉਹਦੇ ਡੈਡੀ, ਮੰਮੀ, ਸਾਰਾ ਪਰਿਵਾਰ ਇੱਥੇ ਬੈਠਾ ਹੈਗਾ ਅਤੇ ਸੰਘਰਸ਼ ਕਮੇਟੀ ਦੇ ਵਰਕਰ ਪਿੱਛੇ ਬੀਬੀਆਂ ਕਈ ਦਿਨ ਤੋਂ ਲਗਭਗ ਇੱਥੇ ਬੈਠੀਆਂ ਹੈਗਾ, ਕੋਈ ਸੁਣਵਾਈ ਨਹੀਂ, ਬਜ਼ੁਰਗਾਂ ਨੇ ਦੱਸਿਆ ਹੈਗਾ ਵਾ ਇਹ ਸਰਕਾਰ ਦੇ ਵਿੱਚ ਵੀ ਅਪੋਜੀਸ਼ਨ ਜ਼ਰੂਰ ਹੋ ਕੇ ਇੱਥੋਂ ਗਈ ਆ। ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇੱਥੇ ਆਏ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਿਹੜੇ ਘਰ ਪਹੁੰਚੇ ਸੀ, ਹੋਰ ਵੀ ਕਈ ਪਾਰਟੀ ਦੇ ਨੁਮਾਇੰਦੇ ਆਉਂਦੇ ਅਤੇ ਮੇਨ ਉਹਨਾਂ ਧੰਨਵਾਦ ਸੰਗਤ ਦਾ ਕੀਤਾ ਹੈਗਾ ਜਿਹੜਾ, ਜਾਂ ਸੰਘਰਸ਼ ਕਮੇਟੀ ਜਿਹੜੀ ਕਿ ਸਦਾ ਹੀ ਸਾਥ ਦੇ ਰਹੀ ਆ, ਦਿਨ ਹੋਵੇ ਰਾਤ ਹੋਵੇ। ਨਾਲ ਸਾਡੇ ਹੈਗੇ ਆ ਮੰਮੀ ਅਤੇ ਜਸਪਾਲ ਦੇ ਪਾਪਾ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ।
ਤੁਸੀਂ ਉੱਥੇ ਪਹੁੰਚੇ ਸੀ ਨਾਲ ਜਦੋਂ ਜਸਪਾਲ ਦੀ ਲਾਸ਼ ਲੈਣ 'ਤੇ ਕੀ ਲੱਗਦਾ ਸੀ ਉਹ ਲਾਸ਼ ਦਾ? ਨਹੀਂ ਵੀ ਉਹ ਤਾਂ ਜੀ 35-40 ਸਾਲ ਦਾ ਹੈ, ਉਮਰ ਵੱਡੀ ਹੈ ਅਤੇ ਕੱਦ ਵੀ ਜ਼ਿਆਦਾ ਹੈ, ਆਪਣੇ ਬੱਚੇ ਦੀ ਲਾਸ਼ ਲੈਣੀ ਸੀ ਉਹ। ਹੁਣ ਕੀ ਪ੍ਰਸ਼ਾਸਨ ਨਾਲ ਕੀ ਫਿਰ ਗੱਲਬਾਤ ਚੱਲ ਰਹੀ ਹੈ, ਸੰਘਰਸ਼ ਕਮੇਟੀ ਕੀ ਗੱਲਬਾਤ ਕਰਦੀ ਹੋ? ਕਮੇਟੀ ਕਹਿ ਰਹੀ ਵੀ 5 ਤਰੀਕ ਦੀ ਮੀਟਿੰਗ ਰੱਖੀ ਹੈ, ਉਦੋਂ ਤੱਕ ਵੇਖੋ ਕੁਛ ਕਰਨੇ ਆ, ਧਰਨਾ ਜਾਰੀ ਹੈ ਜੀ। 5 ਤਰੀਕ ਤੱਕ ਧਰਨਾ ਜਾਰੀ ਰਹੂਗਾ ਜੀ, ਜੇ ਲਾਸ਼ ਦੇਣਗੇ ਤਾਂ ਜਾਰੀ ਰਹੇਗਾ। ਸਾਨੂੰ ਸਗੋਂ ਇਹ ਵੀ ਕਹਿ ਰਹੇ ਆ ਵੀ ਧਰਨਾ ਚੱਕੋ, ਸਾਡਾ ਗੇਟ ਛੱਡੋ, ਅਸੀਂ ਕਿਉਂ ਉਹਨਾਂ ਚਿਰ ਗੇਟ ਨਾ ਛੱਡਾਂਗੇ, ਸਾਡੇ ਜਿੰਨੇ ਚਿਰ ਲਾਸ਼ ਨਹੀਂ ਮਿਲਦੀ। ਬਜ਼ੁਰਗਾਂ ਨੇ ਕਿਹਾ ਕਿ ਕੋਈ ਸ਼ਾਇਦ ਪ੍ਰਸ਼ਾਸਨ ਦਾ ਅਧਿਕਾਰੀ ਵੀ ਇੱਥੇ ਨਹੀਂ ਮਿਲਦਾ ਆਣ ਕੇ, ਕੋਈ ਗੱਲਬਾਤ ਨਹੀਂ? ਕੋਈ ਨਹੀਂ ਜੱਜ ਨਾਲ ਗੱਲਬਾਤ ਕਰਦਾ ਸਾਡੇ ਨਾਲ, ਕੋਈ ਸਰਕਾਰੀ ਨੁਮਾਇੰਦਾ ਵੀ ਕੋਈ ਨਹੀਂ? ਨਾ, ਕੋਈ ਨਹੀਂ ਹੈ ਜੀ। ਆਪਾਂ ਅਪੋਜੀਸ਼ਨ ਦੀ ਗੱਲ ਕਰਦੇ ਹਾਂ ਤਾਂ ਸੁਖਬੀਰ ਸਿੰਘ ਬਾਦਲ ਆਏ ਸੀ, ਹੋਰ ਕੋਈ ਪਾਰਟੀ ਦੇ ਨੁਮਾਇੰਦੇ ਤੁਹਾਡੇ ਕੋਲ ਪਹੁੰਚੇ? ਉਹ ਤਾਂ ਪਹੁੰਚੇ ਜੀ, ਉਹਨਾਂ ਕੋਈ ਕਿਹਾ ਵੀ ਇਹਨਾਂ ਵੀ ਇਹਨੂੰ ਲਾਸ਼ ਦਿਓ। ਕੀ ਦਿਲਾਸਾ ਦਵਾਇਆ ਉਹਨਾਂ ਨੇ ਤੁਹਾਨੂੰ? ਉਹ ਤਾਂ ਇਹ ਕਿਹਾ ਵੀ ਇਹਨੂੰ ਲਾਸ਼ ਦਿਓ, ਜਿਹੜੀ ਕੋਈ ਲਾਸ਼ ਮਿਲੀ ਹੈ ਉਹਦੇ ਅਸੀਂ ਵੇਖਣ ਗਏ, ਪਰ ਉਹ ਆਪਣੇ ਬੱਚੇ ਦੀ ਲਾਸ਼ ਲੈਣੀ ਸੀ, ਅਤੇ ਹੁਣ ਵੀ ਕਹਿ ਰਹੇ ਵੀ ਗੋਤਾ ਹੋਰ ਮੰਗਾ ਰਹੇ ਹਾਂ, ਕੋਈ ਨਹਿਰ 'ਚ ਲਾਸ਼ ਕੋਈ ਹੋਰ ਜਾ ਰਹੀ ਹੈ, ਪਰ ਗਏ ਬੱਚੇ ਨਾਲ ਉਹਨਾਂ ਨੂੰ ਲੈ ਕੇ ਗਏ ਆ, ਅੱਜ ਕੋਈ ਪਤਾ ਲੱਗੇਗਾ ਤਾਂ ਫਿਰ ਉਹਨੂੰ ਪਹਿਲਾਂ ਕੋਈ ਨਹੀਂ। ਬਿਲਕੁਲ ਜੀ, ਜਸਪਾਲ ਦੀ ਮੰਮੀ ਨਾਲ ਆਪਾਂ ਗੱਲ ਕਰਦੇ ਹਾਂ ਕਿ ਕਈ ਦਿਨ ਤੋਂ ਇੱਥੇ ਬੈਠੇ ਹੈਗੇ ਆ, ਜੇ ਪ੍ਰਸ਼ਾਦੇ ਦੇ ਬਜ਼ੁਰਗਾਂ ਨੇ ਗੱਲ ਕੀਤੀ ਆ ਕਿ ਅਸੀਂ ਸੰਗਤ ਨੂੰ ਸ਼ਾਇਦ ਪ੍ਰਸ਼ਾਦਾ ਵੀ ਨਹੀਂ ਛਕਾ ਸਕਦੇ ਕਿਉਂਕਿ ਇੱਥੋਂ ਗੁਰਦੁਆਰਾ ਸਾਹਿਬ ਤੋਂ ਪ੍ਰਸ਼ਾਦਾ ਆਉਂਦਾ ਵਾ, ਅਤੇ ਮੈਂ ਦੁਬਾਰਾ ਗੱਲ ਕਰਦਾ ਸੰਘਰਸ਼ ਕਮੇਟੀ ਦੀ, ਜਿਹੜੀ ਨਾਲ ਸਦਾ ਹੀ ਉਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈਗੀ, ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਅਗਲਾ ਸੰਘਰਸ਼ ਕਿੱਦਾਂ ਦਾ ਹੋਊਗਾ। ਜਸਪਾਲ ਦੀ ਲਾਸ਼ ਵਾਸਤੇ ਕਈ ਦਿਨ ਤੋਂ ਉਡੀਕ ਕੀਤੀ ਜਾ ਰਹੀ ਆ, ਅਤੇ ਆਸ ਬੱਝੀ ਸੀ ਪਰਸੋਂ ਦੀ ਗੱਲ ਆ ਅਤੇ ਫਿਰ ਪਰਿਵਾਰ ਪਹੁੰਚਿਆ ਸੀ ਉੱਥੇ, ਪਰ ਉਹ ਜਿਹੜੀ ਲਾਸ਼ ਸੀ ਹੋਰ ਕਿਸੇ ਦੀ ਨਿਕਲੀ ਆ। ਹੁਣ ਮਾਂ ਹਮੇਸ਼ਾ ਹੀ ਆਪਣੇ ਪੁੱਤ ਦਾ ਭਲਾ ਮੰਗਦੀ ਆ, ਪਰ ਇਹ ਮਾਂ ਹੈਗੀ ਆ ਜਿਹੜੀ ਆਪਣੇ ਪੁੱਤ ਦੀ ਲਾਸ਼ ਮੰਗ ਰਹੀ ਆ ਕਿ ਪ੍ਰਸ਼ਾਸਨ ਸ਼ਾਇਦ ਅੱਖਾਂ 'ਤੇ ਪੱਟੀ ਬੰਨ੍ਹ ਕੇ ਬੈਠਾ ਹੈਗਾ ਵਾ, ਜਾਂ ਕਿਉਂ ਨਹੀਂ ਉਹ ਲੱਭ ਰਹੇ, ਜਾਂ ਬਜ਼ੁਰਗਾਂ ਨੇ ਕਿਹਾ ਕਿ ਸਾਨੂੰ ਆਣ ਕੇ ਤੁਸੀਂ ਇਹੋ ਦੱਸ ਦਿਓ ਕਿ ਨਹੀਂ ਲੱਭ ਸਕਦੇ, ਅਸੀਂ ਫਿਰ ਵੀ ਉੱਠ ਕੇ ਘਰ ਜਾ ਸਕਦੇ ਹਾਂ, ਸਾਨੂੰ ਕੁਝ ਨਾ ਕੁਝ ਦੱਸੋ ਦੇ, ਪਰ ਪ੍ਰਸ਼ਾਸਨ ਅਜੇ ਖਾਮੋਸ਼ ਆ, ਉਹਨਾਂ ਨਾਲ ਗੱਲਬਾਤ ਕਰਨ ਵਾਸਤੇ ਵੀ ਨਹੀਂ ਆ ਰਿਹਾ। ਆਪਾਂ ਜਸਪਾਲ ਦੀ ਮੰਮੀ ਨਾਲ ਗੱਲ ਕਰਦੇ ਹਾਂ, ਤੁਸੀਂ ਵੀ ਪਹੁੰਚੇ ਸੀ ਉੱਥੇ? ਹਾਂਜੀ, ਅਸੀਂ ਗਏ ਸੀ ਅਤੇ ਸਾਨੂੰ ਕਹਿੰਦੇ ਤੁਹਾਡੇ ਬੱਚੇ ਦੀ ਲਾਸ਼ ਹੀ ਹੈ, ਚਲ ਸਾਨੂੰ ਬਹੁਤ ਹੋ ਗਿਆ ਵੀ ਚਲ ਸਾਡੇ ਬੱਚੇ ਦੀ ਲਾਸ਼ ਤਾਂ ਮਿਲ ਗਈ ਜੀ। ਅਸੀਂ ਗਏ ਉੱਥੇ ਦੇਖਿਆ ਅਤੇ ਅਸੀਂ ਆਖਿਆ ਸਾਡੇ ਬੱਚੇ ਦੀ ਲਾਸ਼ ਨਹੀਂ ਗੀ, ਸਾਡੇ ਬੱਚੇ ਦਾ ਕੱਦ ਇੰਨਾ ਸੀ 5 ਫੁੱਟ 4 ਇੰਚ, ਉਹਦੀ ਲਾਸ਼ ਲੰਬੀ ਸੀ। ਹੁਣ ਕੀ ਪ੍ਰਸ਼ਾਸਨ ਨਾਲ ਗੱਲਬਾਤ ਚੱਲਦੀ ਹੈ, ਜਿੱਦਾਂ ਬਜ਼ੁਰਗਾਂ ਨੇ ਦੱਸਿਆ ਕਿ ਕੋਈ ਮਿਲਣ ਵਾਸਤੇ ਨਹੀਂ ਆਉਂਦਾ, ਸਰਕਾਰੀ ਨੁਮਾਇੰਦਾ ਵੀ ਕੋਈ ਨਹੀਂ ਪਹੁੰਚਦਾ ਹੈਗਾ, ਤਾਂ ਕੀ ਆਸ ਰੱਖ ਸਕਦੇ ਫਿਰ ਆਪਾਂ? ਹਾਂਜੀ, ਸਾਨੂੰ ਤਾਂ ਕੋਈ ਨਹੀਂ ਮਿਲਣ ਆਇਆ, ਬਾਦਲ ਸਾਹਿਬ ਆਇਆ, ਉਹ ਇਹ ਦਿਲਾਸਾ ਦੇ ਕੇ ਗਏ ਵੀ ਇਹਨਾਂ ਦੀ ਲਾਸ਼ ਦਿਓ ਜਾਂ ਫਿਰ ਅਸੀਂ ਕੋਰਟ 'ਚ ਗਾਂ ਕਰਾਂਗੇ ਤੁਹਾਡਾ ਕੇਸ। ਸੰਘਰਸ਼ ਕਮੇਟੀ ਹੈਗੀ ਆ, ਸੰਘਰਸ਼ ਕਮੇਟੀ ਤੁਹਾਡੇ ਨਾਲ ਚੱਲ ਰਹੀ ਆ, ਨੌਜਵਾਨ ਜਥੇਬੰਦੀਆਂ ਵੀ ਇੱਥੇ ਤੁਹਾਡੇ ਕੋਲ ਆਉਂਦੀਆਂ ਹੈਗੀਆਂ ਵਾ, ਕੀ ਦਿਲਾਸਾ ਦੇ ਰਹੇ ਆ? ਅਜੇ ਸਾਨੂੰ ਤਾਂ ਕੋਈ ਦਿਲਾਸਾ ਨਹੀਂ ਦਿੰਦਾ। ਤੁਹਾਨੂੰ ਕੀ ਲੱਗਦਾ, ਕੋਈ ਆਸ ਹੈਗੀ ਆ ਕਿ ਕਈ ਦਿਨਾਂ ਤੋਂ ਆ ਲਾਸ਼ ਦੇ ਬਦਲੇ ਵਿੱਚ ਤੁਸੀਂ ਹਮੇਸ਼ਾ ਹੀ ਮਾਂ ਜਿਹੜੀ ਆ ਪੁੱਤਾਂ ਦੇ ਧੀਆਂ ਦਾ ਭਲਾ ਲੋਚਦੀ ਆ, ਪਰ ਤੁਸੀਂ ਇਸ ਟਾਈਮ 'ਤੇ ਇਕਲੌਤੀ ਮਾਂ ਹੋ ਜਿਹੜੀ ਲਾਸ਼ ਲੱਭ ਰਹੇ ਆਪਣੇ ਬੇਟੇ ਦੀ, ਉਹ ਵੀ ਪ੍ਰਸ਼ਾਸਨ ਬੇਖਬਰ ਹੋਇਆ? ਅਜੇ ਸਾਨੂੰ ਤਾਂ ਕੋਈ ਨਹੀਂ ਆਸ ਹੈਗੀ ਇਹਨਾਂ ਤੋਂ, ਨਾ ਸਾਨੂੰ ਅਜੇ ਤਾਂ ਕੋਈ ਆਸ ਨਹੀਂ ਹੈਗੀ। ਅਸੀਂ ਤਾਂ ਵੀ ਸਾਨੂੰ ਆਣ ਕੇ ਆ ਹੀ ਦੇਵੇ ਵੱਡਾ ਅਫਸਰ ਵੀ ਇੱਥੋਂ ਚਲੇ ਜਾ, ਤੁਹਾਡੇ ਪੁੱਤ ਅਸੀਂ ਖਤਮ ਕਰਤਾ, ਹੱਥ ਜੋੜ ਕੇ ਸਾਨੂੰ ਆਖਦੇ ਚੱਲ ਅਸੀਂ ਉੱਥੋਂ ਚਲੇ ਜਾਵਾਂਗੇ, ਅਸੀਂ ਇਹਨਾਂ ਤੋਂ ਕੁਛ ਨਹੀਂ ਮੰਗਦੇ, ਅਸੀਂ ਕੋਈ ਆਪਦਾ ਪੁੱਤ ਵੇਚਣ ਥੋੜ੍ਹਾ ਆਏ ਹਾਂ, ਅਸੀਂ ਤਾਂ ਆਪਦੇ ਪੁੱਤ ਦੀ ਲਾਸ਼ ਹੀ ਮੰਗਣ ਆਏ ਹਾਂ, ਉਹ ਹੀ ਸਾਨੂੰ ਦੇ ਦਿਓ, ਸਾਡੀ ਝੋਲੀ ਪਾ ਦਿਓ, ਅਸੀਂ ਆਪਦੇ ਘਰ ਚਲੇ ਜਾਈਏ, ਘਰ ਸਾਡਾ ਰੁਲਦਾ ਪਿਆ, ਜਿੰਦਰੇ ਬੱਚੇ ਪਏ ਉਦੋਂ ਦਾ, ਨਿੱਕੇ ਨਿੱਕੇ ਜੀ ਜਿਹੜੇ ਹੈਗੇ ਉਹ ਵੀ ਰੁਲੀ ਜਾਂਦੇ। ਇੱਕ ਬਹੁਤ ਕਿੰਨੇ ਭੈਣ ਭਰਾ ਸੀ ਜਸਪਾਲ? 3 ਸੀ, ਇੱਕ ਗੁੱਡੀ ਦੇ 2 ਕਾਕੇ ਸੀ। ਹਾਂਜੀ, ਇਹ ਸਿਰ ਦਾ ਸਹਾਰਾ ਸੀ, ਨਾਲ ਮੋਢਾ ਦੇਣ ਵਾਲਾ ਸੀ, ਅੱਜ ਜਿਹੜਾ ਤੁਰ ਗਿਆ ਉਹ ਤਾਂ ਛੋਟਾ, ਅਜੇ ਕਦੋਂ ਇਹ ਗੱਭਰੂ ਹੋਇਆ ਅਤੇ ਕਦੋਂ ਸਾਡਾ ਸਹਾਰਾ ਬਣਿਆ। ਅਜੇ ਕਿੰਨੀ ਉਮਰ ਸੀ ਜਸਪਾਲ ਦੀ? 22-23 ਸਾਲ ਦਾ ਸੀ। ਹਾਂਜੀ, 23 ਸਾਲ ਲੱਗਾ ਸੀ। ਇਹ ਸਨ ਜਸਪਾਲ ਦੇ ਮਾਤਾ ਜੀ। ਹਮੇਸ਼ਾ ਹੀ ਮਾਂ ਜਿਹੜੀ ਆਪਣੇ ਪੁੱਤ ਧੀ ਵਾਸਤੇ ਭਲਾ ਮੰਗਦੀ ਹੈਗੀ ਆ, ਪਰ ਇਹ ਮਾਂ ਰੋ ਰੋ ਕੇ ਇਹੋ ਹੀ ਵਿਲਕ ਰਹੀ ਹੈ ਕਿ ਸਾਨੂੰ ਲਾਸ਼ ਦੇ ਦਿਓ ਅਤੇ ਅਸੀਂ ਲਾਸ਼ ਲੈ ਕੇ ਘਰ ਜਾਈਏ। ਜੇ ਤੁਸੀਂ ਲਾਸ਼ ਨਹੀਂ ਦੇ ਸਕਦੇ, ਪ੍ਰਸ਼ਾਸਨ ਨੂੰ ਫਿਰ ਗੁਹਾਰ ਲਾਈ ਆ ਕਿ ਤੁਸੀਂ ਆਣ ਕੇ ਸਾਨੂੰ ਦੱਸ ਦੇ ਸਕਦੇ ਹਾਂ, ਮਾਫ਼ੀ ਮੰਗ ਸਕਦੇ ਹਾਂ, ਪਰ ਆਣ ਕੇ ਪਤਾ ਦੱਸੋ ਕੁਛ ਨਾ ਕੁਛ। 2 ਦਿਨ ਤੋਂ ਪਹਿਲਾਂ ਇੱਕ ਲਾਸ਼ ਬਾਰੇ ਪਤਾ ਲੱਗਾ ਸੀ, ਪਰ ਜਦੋਂ ਜਾ ਕੇ ਦੇਖਿਆ ਤਾਂ ਉਹ ਨਿਸ਼ਾਨ 'ਤੇ ਹੀ ਕਿਤੇ ਵੀ ਦੇਖਿਆ ਗਿਆ, ਉਹ ਨਿਸ਼ਾਨ ਨਹੀਂ ਸੀ ਮਿਲਦੇ ਹੈਗੇ, ਬਾਂਹ ਦਾ ਨਿਸ਼ਾਨ ਬਜ਼ੁਰਗਾਂ ਨੇ ਦੱਸਿਆ ਉਹ ਨਹੀਂ ਸੀ ਹੈਗਾ। ਲਾਸ਼ ਜਿਹੜੀ 5 ਫੁੱਟ 10 ਇੰਚ ਦੇ ਕਰੀਬ ਸੀ, ਜਿਵੇਂ ਕਿ ਜੇ ਆਪਾਂ ਇਹਦੀ ਗੱਲ ਕਰਦੇ ਹਾਂ ਜਸਪਾਲ ਦੀ, ਉਹ 5 ਫੁੱਟ 4 ਇੰਚ ਦੇ ਕਰੀਬ ਹੈਗਾ ਵਾ, ਉਹ ਲਾਸ਼ ਨਹੀਂ ਸੀ ਮੇਲ ਖਾਂਦੀ, ਉਹ ਲਾਸ਼ ਇਹਨਾਂ ਦੀ ਨਹੀਂ ਸੀ। ਫਿਰ ਵੀ ਕੋਸ਼ਿਸ਼ ਪ੍ਰਸ਼ਾਸਨ ਵੀ ਕਰ ਰਿਹਾ, ਪਰ ਕੋਸ਼ਿਸ਼ ਕਰਾਂਗੇ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਵੀ ਕੀ ਜਵਾਬ ਦਿੰਦਾ ਹੈਗਾ ਵਾ। ਸੰਘਰਸ਼ ਕਮੇਟੀ ਨਾਲ ਵੀ ਗੱਲ ਕਰਦੇ ਹਾਂ ਕਿ ਇਹਦੀ ਲਾਸ਼ ਵਾਸਤੇ ਜਸਪਾਲ ਦੀ
ਕਿਉਂਕਿ ਹਮੇਸ਼ਾ ਹੀ ਜਦੋਂ ਸੰਘਰਸ਼ ਕੀਤੇ ਜਾਂਦੇ ਆ ਤਾਂ ਉਦੋਂ ਕੁਛ ਨਾ ਕੁਛ ਲੱਭਣ ਦੀ ਕੋਸ਼ਿਸ਼ ਕੀਤੀ ਕਹਿੰਦੀ ਆ। ਕਿਸਾਨੀ ਸੰਘਰਸ਼ ਜਦੋਂ ਕਮੇਟੀਆਂ ਕਰਦੀਆਂ ਕਹਿੰਦੀਆਂ ਹੈਗੀਆਂ ਕਿ ਕਿਸਾਨਾਂ ਵਾਸਤੇ ਕੋਈ ਹੱਕੀ ਮੰਗ ਦੀ ਗੱਲ ਕਰਦੇ ਆ, ਕਈ ਸੰਘਰਸ਼ ਹੁੰਦੇ ਆ ਕਿਸੇ ਨੂੰ ਬਚਾਉਣ ਵਾਸਤੇ, ਪਰ ਅੱਜ ਜਿਹੜਾ ਸੰਘਰਸ਼ ਵਿੱਢਿਆ ਹੈਗਾ ਇੱਕ ਅਨੋਖਾ ਸੰਘਰਸ਼ ਆ ਇਹਦੇ ਵਿੱਚ ਜਸਪਾਲ ਦੀ ਲਾਸ਼ ਵਾਸਤੇ, ਕਿ ਜ਼ਿੰਦਗੀ ਤਾਂ ਤੁਸੀਂ ਖਤਮ ਕਰ ਦਿੱਤੀ ਹੈਗੀ ਆ, ਉਹ ਵੀ ਉਸ ਜਗ੍ਹਾ ਦੇ ਉੱਤੇ ਜਿੱਥੋਂ ਇੱਕ ਆਸ ਹੁੰਦੀ ਕਿ ਸ਼ਾਇਦ ਸਾਡਾ ਬੱਚਾ ਫੜਿਆ ਗਿਆ ਵਾ, ਇੱਕ ਦਿਨ ਰੱਖਣਗੇ, ਦੋ ਦਿਨ ਰੱਖਣਗੇ, ਉਹ ਤੋਂ ਬਾਅਦ 'ਚ ਉੱਥੇ ਇੱਕ ਦੁਬਾਰਾ ਮੌਤ ਹੁੰਦੀ ਆ। ਪ੍ਰਸ਼ਾਸਨ ਦਾ ਅਧਿਕਾਰੀ ਆਪਣੀ ਮੌਤ ਦਾ ਜ਼ਿੰਮੇਵਾਰ ਵੀ ਆਪ ਹੀ ਦੱਸਿਆ ਜਾ ਰਿਹਾ, ਦੋ ਪੁਲਿਸ ਵਾਲੇ ਫੜ ਵੀ ਲਏ ਜਾਂਦੇ ਆ, ਪਰ ਅਜੇ ਤੱਕ ਇਹ ਨਹੀਂ ਪਤਾ ਲੱਗ ਰਿਹਾ ਕਿ ਜਸਪਾਲ ਦੀ ਲਾਸ਼ ਕਿੱਥੇ ਆ, ਰੋੜ ਦਿੱਤੀ ਆ, ਖਪਾ ਦਿੱਤੀ ਆ। ਪ੍ਰਸ਼ਾਸਨ ਤੋਂ ਵੀ ਜਵਾਬ ਲੈਣ ਦੀ ਕੋਸ਼ਿਸ਼ ਕਰਾਂਗੇ ਅਤੇ ਸੰਘਰਸ਼ ਕਮੇਟੀ ਨੂੰ ਆਪਾਂ ਗੱਲਬਾਤ ਕਰਦੇ ਹਾਂ। ਜਸਪਾਲ ਦੀ ਲਾਸ਼ ਲੈਣ ਵਾਸਤੇ ਜਿਹੜੀ ਸੰਘਰਸ਼ ਕਮੇਟੀ ਬਣੀ ਹੈਗੀ ਆ, ਸਰਦਾਰ ਬੂਟਾ ਸਿੰਘ ਸਾਡੇ ਨਾਲ ਹੈਗੇ ਆ। ਪੁੱਛਦੇ ਹਾਂ ਕਿ ਕੀ ਪ੍ਰੋਗਰਾਮ ਅੱਗੇ ਉਲੀਕਿਆ ਗਿਆ ਵਾ, ਪਰਿਵਾਰ ਕੇਵਲ ਇਸ ਟਾਈਮ ਦੇ ਉੱਤੇ ਇੱਕੋ ਹੀ ਗੁਹਾਰ ਲਗਾ ਰਿਹਾ। ਮਾਂ ਵੀ ਜਸਪਾਲ ਦੀ ਕਹਿ ਰਹੀ ਹੈ ਕਿ ਲਾਸ਼ ਦੇ ਦਿਓ, ਬਾਪ ਵੀ ਕਹਿ ਰਿਹਾ ਲਾਸ਼ ਦੇ ਦਿਓ, ਨਾਨਾ ਵੀ ਕਹਿ ਰਿਹਾ, ਅਤੇ ਸੰਘਰਸ਼ ਕਮੇਟੀ ਦੇ ਬਾਕੀ ਸਾਰੇ ਜਿਹੜੇ ਵੀ ਇੱਥੇ ਹੋਰ ਵੀਰ ਭੈਣ ਬੈਠੇ ਹੈਗੇ ਆ, ਸਾਰਿਆਂ ਦੀ ਇੱਕੋ ਹੀ ਆਵਾਜ਼ ਹੈਗੀ ਕਿ ਜਸਪਾਲ ਦੀ ਲਾਸ਼ ਮਿਲਣੀ ਚਾਹੀਦੀ ਆ। ਕਈ ਦਿਨ ਤੋਂ ਬੈਠੇ ਹੈਗੇ ਆ ਸੰਘਰਸ਼ ਕਮੇਟੀ ਦੇ, ਸਰ ਬੂਟਾ ਸਿੰਘ ਨਾਲ ਗੱਲਬਾਤ ਕਰਦੇ ਹਾਂ। ਕੀ ਲੱਗਦਾ ਬੂਟਾ ਸਿੰਘ ਜੀ, ਬਹੁਤ ਦਿਨ ਹੋ ਗਿਆ ਤੁਹਾਨੂੰ ਇੱਥੇ ਸੰਘਰਸ਼ ਕਰਦਿਆਂ ਨੂੰ ਨਾਲ, ਕੋਈ ਆਸ ਹੈਗੀ ਆ? ਦੇਖੋ ਜੀ, ਆਸ ਲਈ ਬੈਠੇ ਹਾਂ, ਜੇ ਅਸੀਂ ਇਹ ਸੰਘਰਸ਼ ਚਲਾਇਆ ਤਾਂ ਪੁਲਿਸ ਕੁਛ ਹਰਕਤ 'ਚ ਆਈ ਆ। ਕੱਲ੍ਹ ਸਾਨੂੰ ਹਨੂੰਮਾਨਗੜ੍ਹ ਇੱਕ ਡੈੱਡ ਬਾਡੀ ਦਿਖਾਉਣ ਵਾਸਤੇ ਲੈ ਕੇ ਗਏ ਆ, ਭਾਵੇਂ ਅਸੀਂ ਸਮਝਦੇ ਹਾਂ ਕਿ ਪੁਲਿਸ ਦਾ ਮੰਤਵ ਇਹਦੇ ਪਿੱਛੇ ਕੋਈ ਹੋਰ ਸੀ ਸਾਨੂੰ ਲੈ ਕੇ ਜਾਣ ਦਾ, ਕਿਉਂਕਿ ਪੁਲਿਸ ਨੂੰ ਜਿਹੜੇ ਪੁਲਿਸ ਦੇ ਦੀ ਉੱਥੇ ਡਿਊਟੀ ਲੱਗੀ ਹੋਈ ਆ ਸਿਪਾਹੀਆਂ ਦੀ, ਉਹਨਾਂ ਨੂੰ ਪਤਾ ਹੈ ਕਿ ਜਸਪਾਲ ਨੌਜਵਾਨ ਉਮਰ ਦਾ ਬੱਚਾ ਹੈ, ਜਿਹੜੀ ਸਾਨੂੰ ਡੈੱਡ ਬਾਡੀ ਦਿਖਾਈ ਗਈ ਹੈ ਉਹ 35-40 ਸਾਲ ਦਾ ਕੋਈ ਵਿਅਕਤੀ ਸੀ, ਇਸ ਕਰਕੇ ਉਹ ਮੇਲ ਨਹੀਂ ਸੀ ਖਾਂਦੀ, ਮੁੱਢਲੀ ਗੱਲ ਨਹੀਂ ਸੀ ਮੇਲ ਖਾਂਦੀ ਗੀ। ਉਹਨਾਂ ਨੇ ਸਾਨੂੰ ਜਾ ਕੇ ਪੁਲਿਸ ਵਾਲਿਆਂ ਨੇ ਦਿਖਾਈ, ਮਤਲਬ ਕਿ ਪੁਲਿਸ ਵਾਲੇ ਚਾਹੁੰਦੇ ਆਏ ਹਾਂ ਕਿ ਅਸੀਂ ਪੁਲਿਸ ਹਰਕਤ 'ਚ ਹੈ, ਐਕਸ਼ਨ ਕਮੇਟੀ ਇੱਥੋਂ ਧਰਨਾ ਚੱਕ ਲਵੇ, ਮਾਪੇ ਇੱਥੋਂ ਉੱਠ ਜਾਣ, ਤਾਂ ਸਾਨੂੰ ਵਾਰ ਵਾਰ ਉਹ ਇਸ ਤਰ੍ਹਾਂ ਦੇ ਕਾਰਵਾਈ ਦਿਖਾਉਣ ਦਾ ਡੈੱਡ ਬਾਡੀ ਹੋਰ ਡੈੱਡ ਬਾਡੀ ਦਿਖਾਉਣ ਦਾ ਮਤਲਬ ਇਹ ਸੀ ਕਿ ਇੱਥੇ ਸੰਘਰਸ਼ ਨੂੰ ਪਿੱਛੇ ਪਾਇਆ ਜਾਵੇ। ਬੂਟਾ ਸਿੰਘ ਜੀ, ਪ੍ਰਸ਼ਾਸਨ ਕੋਈ ਗੱਲਬਾਤ ਕਰਦਾ ਸੰਘਰਸ਼ ਕਮੇਟੀ ਨਾਲ ਜਾਂ ਪਰਿਵਾਰ 'ਤੇ ਕਹਿ ਰਿਹਾ ਕਿ ਇੱਥੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਨਹੀਂ ਆਉਂਦਾ, ਤੁਹਾਡੇ ਨਾਲ ਕਿਵੇਂ ਗੱਲਬਾਤ ਚੱਲਦੀ? ਸਾਨੂੰ ਦੋ ਵਾਰ IG ਸਾਹਿਬ ਨੇ ਗੱਲਬਾਤ ਵਾਸਤੇ ਬੁਲਾਇਆ, ਅਸੀਂ ਗਏ ਹਾਂ ਪੂਰੀ ਦੀ ਪੂਰੀ ਐਕਸ਼ਨ ਕਮੇਟੀ, ਸਾਨੂੰ ਉਹਨਾਂ ਨੇ ਉਹ ਵੀਡੀਓ ਵੀ ਦਿਖਾਈ ਹੈ, ਫੋਟੋਜ਼ ਦਿਖਾਏ ਨੇ ਉਹ ਸਾਰੇ, ਉਹ 'ਤੇ ਗੱਲ ਵੀ ਹੋਈ ਹੈ। ਜਿੱਥੋਂ ਤੱਕ ਫੋਟੋਜ਼ ਦਿਖਾਉਣ ਦਾ ਸਵਾਲ ਹੈ, ਉਹ ਫੋਟੋਜ਼ ਅਸੀਂ 5-6 ਘੰਟੇ ਸਾਰੀ ਐਕਸ਼ਨ ਕਮੇਟੀ ਨੇ ਬੜੇ ਧਿਆਨ ਨਾਲ ਦੇਖੇ ਆ, ਅਤੇ ਫੋਟੋਜ਼ ਦੇਖਣ ਤੋਂ ਬਾਅਦ ਅਸੀਂ IG ਸਾਹਿਬ ਨੂੰ ਸਵਾਲ ਕੀਤਾ ਸੀ ਕਿ ਇਹ ਬੱਚਾ ਜਸਪਾਲ ਉਸਦੇ ਵਿੱਚ ਹੈਂਗ ਹੋਇਆ ਨਹੀਂ ਦਿਸ ਰਿਹਾ ਗਾ ਕਿਤੇ, ਵੀ ਜੇ ਹੈਂਗ ਨਹੀਂ ਹੋਇਆ ਤਾਂ ਫਿਰ ਇਹਦਾ ਮਤਲਬ ਵੀ ਬੱਚੇ ਦਾ ਇੱਕ ਤਰ੍ਹਾਂ ਨਾਲ ਕਤਲ ਹੋਇਆ, ਕੁੱਟਮਾਰ ਹੋਈ ਆ, ਤਸ਼ੱਦਦ ਹੋਇਆ, ਜਬਰ ਹੋਇਆ, ਹੈਂਗ ਹੋਇਆ ਬੱਚਾ, ਉਹ ਸਾਰੀ ਫੋਟੋਜ਼ ਦੇ ਵਿੱਚ ਨਹੀਂ ਦਿਸ ਰਿਹਾ। ਸੁੱਟਣ ਦਾ ਕਾਰਨ ਕੀ ਸਮਝ ਸਕਦੇ ਹਾਂ ਕਿ ਲਾਸ਼ ਨੂੰ ਖੁਰਦ ਬੁਰਦ ਕਰ, ਜੇ ਮੰਨ ਲਓ ਉਸਨੇ ਫਾਹਾ ਵੀ ਲਿਆ ਹੋਊਗਾ ਤਾਂ ਫਿਰ ਵੀ ਲਾਸ਼ ਉੱਥੇ ਰੱਖ ਲੈਣੀ ਚਾਹੀਦੀ ਸੀ, ਅਗਲੇ ਦਿਨ ਇਹਨਾਂ ਨੂੰ ਦੱਸ ਦੇਣਾ ਚਾਹੀਦਾ ਸੀ, ਪ੍ਰੈਸ ਦੇ ਵਿੱਚ ਆਉਂਦੇ, ਮੀਡੀਆ 'ਚ ਆਉਂਦੇ ਦੱਸ ਦੇਣਾ ਚਾਹੀਦਾ ਸੀ। ਸੁੱਟਣ ਦੇ ਕੀ ਕਾਰਨ ਲੱਗਦੇ ਤੁਹਾਨੂੰ? ਸੁੱਟਣ ਦੇ ਕਾਰਨ ਇਹ ਲੱਗਦਾ ਕਿ ਇੰਸਪੈਕਟਰ ਨੇ ਜੋ ਆਪਦੇ ਵਾਲੀ ਸੋਚਿਆ ਹੋਊਗਾ ਵੀ ਇਹ ਮੁੱਦਾ ਹੀ ਗਾਇਬ ਕਰ ਦਈਏ, ਇਹ ਕਿਸੇ ਨੂੰ ਪਤਾ ਹੀ ਨਾ ਲੱਗੇ। ਇੰਸਪੈਕਟਰ ਨੂੰ ਇਹ ਪਤਾ ਸੀ ਕਿ ਇਹ ਮੁੰਡਾ ਆਪਦੇ ਨਾਨਕੀ ਜਸਪਾਲ ਸਿੰਘ ਸੰਘਰਾਹੂਰ ਆਇਆ, ਇਹ ਬਗਾਨੀ ਥਾਂ ਤੋਂ ਚੱਕਿਆ, ਰੱਤੀ ਰੂੜੀ ਤੋਂ ਗੁਰਦੁਆਰੇ ਤੋਂ ਚੱਕਿਆ ਹੋਇਆ, ਜੇ ਗੁਰਦੁਆਰੇ ਤੋਂ ਚੱਕਿਆ ਤਾਂ ਕਿਸੇ ਨੂੰ ਉਹਦੀ ਸੂਚਨਾ ਉਹਦੇ ਘਰਦਿਆਂ ਨੂੰ ਨਹੀਂ ਦੇਣੀ ਜੀ, ਇਸ ਕਰਕੇ ਇਸ ਲਾਸ਼ ਨੂੰ ਖਪਾ ਦਈਏ, ਕਿਸੇ ਨੂੰ ਪਤਾ ਹੀ ਨਹੀਂ ਲੱਗਣਾ ਗਾ। ਤੁਹਾਨੂੰ ਲੱਗਦਾ ਜਾਂ ਤਸ਼ੱਦਦ ਵੀ ਕੀਤਾ ਹੋਇਆ ਜਾ ਸਕਦਾ, ਤਸ਼ੱਦਦ ਹੋਇਆ ਹੋਵੇ ਉਹ ਜਾਂ ਜ਼ਿਆਦਾ ਤਸ਼ੱਦਦ ਕਰਕੇ ਨਾ ਸਹਾਰ ਸਕਿਆ? ਸਾਨੂੰ ਇਹ ਲੱਗਦਾ ਵੀ ਪੁਲਿਸ ਹਰਾਸ ਦੇ ਵਿੱਚ ਜੋ ਮੌਤਾਂ ਹੁੰਦੀਆਂ ਨੇ ਉਹ ਪੁਲਿਸ ਦੀ ਜ਼ਿੰਮੇਵਾਰੀ ਹੈ, ਜੇ ਉਹਨਾਂ ਕੋਲ ਕੋਈ ਬੰਦਾ ਗ੍ਰਿਫਤਾਰ ਹੈ ਤਾਂ ਪੁਲਿਸ ਦੀ, ਜੇ ਉਹ ਮਰ ਜਾਂਦਾ ਭਾਵੇਂ ਕਿਸੇ ਵੀ ਕਾਰਨ ਮਰਦਾ, ਕਾਰਨ ਅੱਡ ਹੋ ਸਕਦੇ ਨੇ, ਉਹ ਪੁਲਿਸ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ। ਇਹ ਹੁਣ ਉਹਦੇ 'ਤੇ ਤਸ਼ੱਦਦ ਹੋਇਆ ਕਿੰਨਾ ਹੋਇਆ ਨਾ ਹੋਇਆ, ਇਹ ਤਾਂ ਉਹਨਾਂ ਦੀ ਡੈੱਡ ਬਾਡੀ ਲੱਭਣ ਤੋਂ ਬਾਅਦ ਹੀ ਕੁਛ ਕਿਹਾ ਜਾ ਸਕਦਾ, ਅਤੇ ਡੈੱਡ ਬਾਡੀ ਲੱਭ ਨਹੀਂ ਰਹੇਗੀ ਅਤੇ ਜਿਉਂ ਜਿਉਂ ਦਿਨ ਬੀਤ ਰਹੇ ਹੈ ਤਿਉਂ ਤਿਉਂ ਜਣੀ ਜੇ ਡੈੱਡ ਬਾਡੀ ਦੇ ਅਤੇ ਉੱਤੋਂ ਜੋ ਉਹਦੇ ਤਸ਼ੱਦਦ ਹੋਏ ਦੇ ਨਿਸ਼ਾਨ ਵਗੈਰਾ ਹੈਗੇ ਆ ਉਹ ਮਤਲਬ ਬਹੁਤ ਪਾਣੀ ਵਿੱਚ ਮਿੱਟ ਜਾਂਦੇ ਨੇ, ਚਮੜੀ ਖਤਮ ਹੋ ਜਾਂਦੀ ਹੈ, ਖਾਰਜ ਹੋ ਜਾਂਦੀ ਹੈ, ਇਸ ਕਰਕੇ ਜਾਣੀ ਉਹ ਨਿਸ਼ਾਨ ਨਹੀਂ ਮਿਲਣੇ। ਸ਼ਾਇਦ ਸਾਨੂੰ ਪਿੰਜਰ ਮਿਲ ਜਾਂ
ਅਤੇ ਪੰਜਾਬ ਦੇ ਕੁਛ ਇੱਕ ਗੋਤਾਖੋਰ ਨੇ ਇਹ ਐਲਾਨ ਕੀਤਾ ਕਿ ਮੈਂ ਇਹ ਲਾਸ਼ ਕੱਢ ਕੇ ਦੇ ਸਕਦਾ, ਮੈਂ ਜ਼ੋਰ ਲਾਊਂਗਾ। ਸ਼ਾਇਦ ਅੱਜ ਉਹ ਆਏ ਵੀ ਨੇ, ਸ਼ਾਇਦ ਕੋਈ ਪਿੰਜਰ ਜਾਂ ਥੋੜ੍ਹੀ ਬਹੁਤੀ ਕੋਈ ਲਾਸ਼ ਦੇ ਚਿਹਨ ਸਾਨੂੰ ਮਿਲ ਜਾਣ। ਅਸੀਂ ਐਕਸ਼ਨ ਕਮੇਟੀ ਵੱਲੋਂ ਮਾਪੇ ਸਾਰੇ ਇਸੇ ਆਸ ਨਾਲ ਇੱਥੇ ਬੈਠੇ ਹਾਂ ਕਿ ਜਸਪਾਲ ਦੀ ਡੈੱਡ ਬਾਡੀ ਮਿਲ ਜੇ ਅਤੇ ਸਾਰਾ ਪਰਿਵਾਰ ਅਸੀਂ ਸਾਰੇ ਰਲ ਕੇ ਉਹਦਾ ਸੰਸਕਾਰ ਕਰ ਸਕੀਏ। ਡਾਕਟਰ ਸਿੰਘ ਜੀ, ਕਿਹੋ ਜਿਹਾ ਐਕਸ਼ਨ ਲਿਆ ਜਾਊਗਾ? ਮੰਨ ਲਓ 2-4 ਦਿਨ ਦੇ ਵਿੱਚ ਕੋਈ ਗੱਲਬਾਤ ਨਹੀਂ ਹੁੰਦੀ, 29 ਤਰੀਕ ਨੂੰ ਵੱਡਾ ਇਕੱਠ ਹੋਇਆ ਸੀ ਇੱਥੇ, ਇਹ ਸੀ ਧਰਤੀ ਦੇ ਉੱਤੇ ਸਾਹਮਣੇ ਬਿਲਕੁਲ, ਵੱਡੇ ਇਕੱਠ ਦੇ ਵਿੱਚ ਕੋਈ ਅਹਿਮ ਫੈਸਲਾ ਤਾਂ ਨਹੀਂ ਲਿਆ ਜਾ ਸਕਿਆ, ਇਸ ਤੋਂ ਅਗਲਾ ਫੈਸਲਾ ਕਿਹੋ ਜਿਹਾ ਲਿਆ ਜਾ ਸਕਦਾ? ਅਗਲਾ ਫੈਸਲਾ ਸੀ 5 ਤਰੀਕ ਨੂੰ ਓਡਾ ਹੀ ਇਕੱਠ ਕਰਨ ਦਾ, ਫਿਰ ਫੈਸਲਾ ਕੀਤਾ ਐਕਸ਼ਨ ਕਮੇਟੀ ਨੇ, ਓਡਾ ਹੀ ਇਕੱਠ ਕਰਾਂਗੇ। ਸਾਰੀਆਂ ਜਨਤਕ ਜਥੇਬੰਦੀਆਂ ਨੂੰ ਸੱਦਿਆ, ਪੰਜਾਬ ਭਰ ਦੀਆਂ ਜਨਤਕ ਜਥੇਬੰਦੀਆਂ, ਮਾਲਵੇ ਜ਼ੋਨ ਦੀਆਂ ਵਿਸ਼ੇਸ਼ ਕਰਕੇ ਜਥੇਬੰਦੀਆਂ ਜਿਹੜੀਆਂ ਉਹ ਉਸ ਪ੍ਰੋਗਰਾਮ 'ਚ ਆਉਣਗੀਆਂ। ਵੱਡਾ ਇਕੱਠ ਕਰਾਂਗੇ, ਫਿਰ ਸ਼ਹਿਰ ਦੇ ਵਿੱਚ ਮਾਰਚ ਵੀ ਕਰਾਂਗੇ। MLA ਦਾ ਨਾਂ ਅਖਬਾਰਾਂ ਵਿੱਚ ਬੋਲਿਆ ਇਸ ਕਤਲ ਇਸ ਕੇਸ ਦੇ ਵਿੱਚ, MLA ਨੇ ਸਾਦਕ ਵਿੱਚ ਜਿਹੜੇ ਲੋਕ ਇਸ ਵਾਸਤੇ ਬੰਦ ਕਰਾ ਰਹੇ ਸੀਗੇ, ਮਤਲਬ 28 ਤਰੀਕ ਨੂੰ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਸੀ, ਉੱਥੇ ਜਾ ਕੇ ਸਾਡੇ ਮੈਂਬਰਾਂ ਨੂੰ, ਐਕਸ਼ਨ ਕਮੇਟੀ ਦੇ ਮੈਂਬਰਾਂ ਨੂੰ ਕਾਂਗਰਸੀਆਂ ਨੇ ਰੋਕਿਆ। ਹੋਰ 29 ਤਰੀਕ ਨੂੰ ਆਉਂਦੇ ਹੋਏ ਸਾਡੀਆਂ ਟਰਾਲੀਆਂ ਨੂੰ, ਵਹੀਕਲਾਂ ਨੂੰ ਕਾਂਗਰਸੀਆਂ ਦੇ ਕਹਿਣ 'ਤੇ ਪੁਲਿਸ ਨੇ ਰੋਕਿਆ। ਇਸ ਕਰਕੇ ਕਿ ਕੀ ਢਿੱਲੋ ਅਤੇ ਘਰ ਵੱਲੀ ਵੀ ਜਾਵਾਂਗੇ। ਸਾਡੇ ਇੱਕ ਐਕਸ਼ਨ ਕਮੇਟੀ ਰਜਿੰਦਰ ਸਿੰਘ ਨੂੰ ਵਿੰਗੇ ਟੇਡੇ ਢੰਗ ਨਾਲ ਧਮਕੀਆਂ ਵੀ ਆਈਆਂ MLA ਦੇ ਬੰਦਿਆਂ ਵਾਲੀਓਂ, ਇਹਨਾਂ ਕਾਰਨਾਂ ਕਰਕੇ ਅਸੀਂ 29-5 ਤਰੀਕ ਨੂੰ ਉੱਧਰ ਮਾਰਚ ਕਰਾਂਗੇ। ਇੱਕ ਛੋਟਾ ਜਿਹਾ ਵਿਵਾਦਿਤ ਬਿਆਨ ਵੀ ਤੁਹਾਡਾ ਇੱਥੋਂ ਨਿਕਲਿਆ ਹੈਗਾ ਵਾ, ਤੁਹਾਡੇ ਕਮੇਟੀ ਦਾ ਮੈਂਬਰ ਸੀ ਜਾਂ ਉਹ ਕੁਛ ਹੋਰ ਸੀ, ਉਹਨੇ ਕਿਹਾ ਸੀ ਕਿ ਅਸੀਂ ਤਾਂ ਪ੍ਰਸ਼ਾਸਨ ਦੀ ਨਾਲ ਪਹਿਲੋਂ ਮੋਢੇ ਨਾਲ ਮੋਢੇ ਦੇ ਕੇ ਸਾਥ ਦਿੰਦੇ ਰਹੇ ਹਾਂ ਜਦੋਂ ਇਹੋ ਕੰਮ ਪਿਛਲੇ ਸਮੇਂ 'ਚ ਕੀਤੇ ਜਾਂਦੇ ਸੀ, ਪਰ ਹੁਣ ਪ੍ਰਸ਼ਾਸਨ ਸਾਡੇ ਨਾਲ ਕਿਉਂ ਨਹੀਂ ਚੱਲ ਰਿਹਾ? ਇਹ ਵੀ ਇਸ ਸਟੇਜ ਤੋਂ ਇੱਕ ਬਿਆਨ ਲੱਗਾ ਸੀ। ਇਹ ਕਿਸੇ ਦਾ ਮਤ ਕੋਈ ਹੋ ਸਕਦਾ ਜੀ, ਪਰਸਨਲ ਮਤ ਕਿਸੇ ਦਾ ਕੋਈ ਹੋ ਸਕਦਾ, ਪਰ ਐਕਸ਼ਨ ਕਮੇਟੀ ਦੀ ਸਮਝ ਨਹੀਂ ਹੈ। ਐਕਸ਼ਨ ਕਮੇਟੀ ਦੀ ਸਮਝ ਹਮੇਸ਼ਾ ਪ੍ਰਸ਼ਾਸਨ ਨਾਲ ਤੋਂ ਮੰਗਾਂ ਮਨਾਉਣ ਵਾਸਤੇ ਉਹਨਾਂ ਨਾਲ ਸੰਘਰਸ਼ ਵਾਲੀ ਰਹੀ ਹੈ, ਟਕਰਾਅ ਵਾਲੀ ਰਹੀ ਹੈ, ਘੋਲ ਵਾਲੀ ਰਹੀ ਹੈ, ਲੜਾਈ ਵਾਲੀ ਰਹੀ ਹੈ। ਭਾਵੇਂ ਉਹ ਪਿਛਲੇ ਜਿੰਨੇ ਵੀ ਇੱਥੇ ਕਾਂਡ ਵਾਪਰੇ ਨੇ ਉਹ ਬਹੁਤ ਜਾਨ ਹੂਲਵੇਂ ਸੰਘਰਸ਼ ਰਹੇ ਨੇ, ਕੋਈ ਉਹ ਐਕਸ਼ਨ ਪ੍ਰਸ਼ਾਸਨ ਤੋਂ ਮਿਲ ਕੇ ਚੱਲਣ ਵਾਲੀ ਗੱਲ, ਕਿਸੇ ਆਪਦੀ ਕਿਸੇ ਦੀ ਜਾਤੀ ਮਰਜ਼ੀ ਹੋ ਸਕਦੀ ਹੈ, ਐਕਸ਼ਨ ਕਮੇਟੀ ਦੀ ਕੋਈ ਸਾਂਝ ਨਹੀਂ। ਬੂਟਾ ਸਿੰਘ ਜੀ, ਸਟੇਜ ਤੋਂ ਬੋਲਿਆ ਸੀ ਤੁਸੀਂ, ਤਾਂ ਖੰਡਮ ਨਹੀਂ ਕਿਸੇ ਨੇ ਅਜੇ ਤੱਕ ਨਹੀਂ ਕੀਤਾ ਕਿ ਉਹ ਬੰਦਾ ਜਿਹੜਾ ਗਲਤ ਬੋਲ ਕੇ ਗਿਆ ਵਾ, ਕਿਉਂਕਿ ਇੱਕ ਪਾਸੇ ਅਸੀਂ ਪਰਿਵਾਰ ਨੂੰ ਕਹਿ ਰਹੇ ਹਾਂ ਕਿ ਤੁਹਾਡੇ ਨਾਲ ਹਾਂ, ਇਨਸਾਫ ਦਵਾਵਾਂਗੇ। ਜੇ ਥੋੜ੍ਹਾ ਪਿੱਛੇ ਚੱਲਦੇ ਹਾਂ ਤਾਂ ਮੈਨੂੰ ਲੱਗਦਾ ਹਜ਼ਾਰਾਂ ਲਾਸ਼ਾਂ ਦੇ ਵਿੱਚੋਂ 25,000 ਜਸਵੰਤ ਸਿੰਘ ਖਾਲੜਾ ਨੇ ਕਿਹਾ ਸੀ ਕਿ 25,000 ਇਸੇ ਤਰ੍ਹਾਂ ਜਸਪਾਲ ਵਾਂਗੂ ਹੀ ਨਹਿਰਾਂ 'ਚ ਖਪਾ ਦਿੱਤੇ ਜਾਂਦੇ ਆ ਜਾਂ ਸਾੜ ਦਿੱਤੇ ਜਾਂਦੇ ਆ। ਉਹਦੇ ਵਿੱਚ ਤੁਹਾਡਾ ਹੀ ਇੱਕ ਮੈਂਬਰ ਉੱਠ ਕੇ ਇਹ ਸਟੇਜ ਦੇ ਉੱਤੇ ਕਹਿੰਦਾ ਕਿ ਉਹਨਾਂ ਦਿਨਾਂ ਦੇ ਵਿੱਚ ਅਸੀਂ ਪ੍ਰਸ਼ਾਸਨ ਦਾ ਸਾਥ ਦਿੰਦੇ ਸੀ, ਪਰ ਤੁਹਾਡੇ ਵੱਲੋਂ ਖੰਡਨ ਨਹੀਂ ਕੀਤਾ ਜਾਂਦਾ ਇਸ ਚੀਜ਼। ਇਹ ਗੱਲ ਮੈਂ ਤੁਹਾਡੇ ਚੈਨਲ ਤੋਂ ਹੀ ਸੁਣ ਰਿਹਾ ਵੀ ਸਾਡੇ ਕਿਸੇ ਮੈਂਬਰ ਨੇ ਕਿਹਾ, ਜਾਂ ਤਾਂ ਕਹਿਣ ਵੇਲੇ ਕਿਤੇ ਮੈਂ ਗੈਰ ਹਾਜ਼ਰ ਹੋਊਂਗਾ। ਇਹ ਮਾਮਲਾ ਸਾਡੀ ਐਕਸ਼ਨ ਕਮੇਟੀ 'ਚੋਂ ਨਹੀਂ ਆਇਆ, ਜੇ ਸਾਡੇ ਸਾਰੇ ਮੈਂਬਰਾਂ ਨੇ ਸੁਣਿਆ ਹੁੰਦਾ ਤਾਂ ਸਾਡੀ ਐਕਸ਼ਨ ਕਮੇਟੀ ਦੀ ਮੀਟਿੰਗ ਕੱਲ੍ਹ ਹੀ ਹੋ ਕੇ ਹਟੀ ਹੈ, ਤਾਂ ਕੱਲ੍ਹ ਹੀ ਮਾਮਲਾ ਆ ਜਾਣਾ ਸੀ। ਅਸੀਂ ਉਸ ਘੋਲ ਦਾ 29 ਵਾਲੇ ਘੋਲ ਦਾ ਰਿਵਿਊ ਕੀਤਾ ਹੈ, ਉਹਦੀ ਪੜਤਾਲ ਕੀਤੀ ਹੈ, ਘਾਟਾਂ ਕਮਜ਼ੋਰੀਆਂ 'ਤੇ ਨਜ਼ਰ ਮਾਰੀ ਹੈ ਅਸੀਂ, ਤਾਂ ਇਹ ਮਾਮਲਾ ਵੀ ਸਾਡੇ ਧਿਆਨ 'ਚ ਆ ਜਾਣਾ ਸੀ। ਨਾ ਕਿਸੇ ਐਕਸ਼ਨ ਕਮੇਟੀ ਨੇ ਲਿਆਂਦਾ ਅਤੇ ਤੁਸੀਂ ਲਿਆ ਰਹੇ ਹੋ, ਅਸੀਂ ਇਹਦੇ ਬਾਰੇ ਪਤਾ ਕਰ ਲਾਂਗੇ ਵੀ ਜੇ ਸਾਡੇ ਕਿਸੇ ਐਕਸ਼ਨ ਕਮੇਟੀ ਮੈਂਬਰ ਨੇ ਕਿਹਾ ਤਾਂ ਇਹ ਉਹਦੀ ਆਪਦੀ ਸਮਝ ਹੋ ਸਕਦੀ, ਐਕਸ਼ਨ ਕਮੇਟੀ ਦੀ ਇਹ ਸਮਝ ਨਹੀਂ। ਆਪਾਂ 29 ਤਰੀਕ ਦੀ ਗੱਲ ਕਰਦੇ ਹਾਂ, 29 ਤਰੀਕ ਨੂੰ ਵੀ ਤੁਹਾਡਾ ਜਿਹੜਾ ਸੰਘਰਸ਼ ਸੀ 2 ਧੜਿਆਂ 'ਚ ਵੰਡਿਆ ਗਿਆ, ਫਿਰ ਆਪਾਂ ਕਿਸ ਤਰ੍ਹਾਂ ਇਨਸਾਫ ਲਵਾਂਗੇ ਜੇ ਅਸੀਂ ਧੜੇਬਾਜ਼ੀ 'ਚ ਰਹਾਂਗੇ? ਕਿਉਂਕਿ ਜਦੋਂ ਇੱਕ ਮੁੱਠ ਹੋਈਦਾ ਨਾ ਤਾਂ ਬੜੇ ਵੱਡੇ ਵੱਡੇ ਫੈਸਲੇ ਕੀਤੇ ਜਾਂਦੇ ਆ। 21-ਮੈਂਬਰੀ ਕਮੇਟੀ ਦਾ ਮੈਂਬਰ ਸੀ ਤੁਹਾਡਾ ਲੱਖਾ ਸਦਾਣਾ, ਉਹ ਤੁਹਾਡੇ ਸਾਈਡ 'ਤੇ ਹੋ ਗਿਆ, ਹੋਰ ਜਥੇਬੰਦੀਆਂ ਸੀ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ ਤੁਹਾਡੇ ਨਾਲ ਤੁਰ ਰਹੀਆਂ ਸੀ ਉਹ ਵੀ ਕੁਝ ਸਾਈਡ 'ਤੇ ਹੋ ਗਈਆਂ, ਕੀ ਲੱਗਦਾ ਤੁਹਾਨੂੰ ਇਸ ਤਰ੍ਹਾਂ ਸੰਘਰਸ਼ ਜਿਹੜੇ ਲੜੇ ਜਾਂਦੇ ਆ ਨੁਕਸਾਨ ਨਹੀਂ ਹੋਣਗੇ ਨਾ ਸੰਘਰਸ਼? ਦੇਖੋ, ਕਿਸੇ ਨੂੰ ਪਾਸੇ ਹੋਣ ਵਾਸਤੇ ਐਕਸ਼ਨ ਕਮੇਟੀ ਨੇ ਨਹੀਂ ਕਿਹਾ। ਉਸ ਦਿਨ 29 ਤਰੀਕ ਨੂੰ 12-11 ਵਜੇ ਸਟੇਜ ਸ਼ੁਰੂ ਹੋਈ ਹੈ, ਪੌਣੇ ਕੋਈ 12 ਵਜੇ ਹਿਸਾਬ 'ਚ 12 ਵਜੇ ਤੋਂ ਹੀ ਕੁਝ ਨੌਜਵਾਨਾਂ ਨੇ ਇਹ ਕਹਿਣਾ ਸ਼ੁਰੂ ਕਰਤਾ ਬੜੇ ਜ਼ੋਰ ਨਾਲ ਵੀ ਆਪਾਂ ਹੁਣੇ ਮਾਰਚ ਕਰੀਏ। ਸਾਡੇ ਕੁਛ ਐਕਸ਼ਨ ਕਮੇਟੀ ਮੈਂਬਰਾਂ ਨੇ ਉਹਨਾਂ ਨੂੰ ਸਮਝਾਉਣ ਦਾ ਯਤਨ ਕੀਤਾ ਕਿ ਆਪਣੇ ਕੋਲ ਪੰਜਾਬ ਪੱਧਰ ਤੋਂ ਬੁਲਾਰੇ ਆਏ ਨੇ, ਕੋਈ ਕਈ ਬੁਲਾਰੇ ਅੰਮ੍ਰਿਤਸਰ ਤੋਂ ਆਏ ਨੇ, ਕਈ ਚੰਡੀਗੜ੍ਹ ਤੋਂ ਆਏ ਨੇ, ਕਈ ਲੁਧਿਆਣੇ ਤੋਂ ਆਏ ਨੇ, ਅਤੇ ਜਨਤਕ ਜਥੇਬੰਦੀਆਂ ਦੇ ਸਾਰੇ ਹੀ ਮਾਲਵੇ ਦੇ ਚੋਟੀ ਦੇ ਆਡੂ ਆਗੂ, ਕਿਸਾਨਾਂ ਦੇ, ਮਜ਼ਦੂਰਾਂ ਦੇ, ਜਮਹੂਰੀ ਅਧਿਕਾਰ ਸਭਾ ਦੇ ਸਾਰੇ ਆਗੂ ਆਏ ਹੋਏ ਨੇ ਵੀ ਉਹਨਾਂ ਨੂੰ ਬੁਲਾਉਣ ਵਾਸਤੇ ਆਪਾਂ ਨੂੰ ਸਮਾਂ ਕੁਝ ਨਾ ਕੁਝ ਤਾਂ ਦੇਣਾ ਪਊਗਾ, 5-5 ਮਿੰਟ ਸਮਾਂ ਦੇਵਾਂਗੇ ਵੀ ਆਪਾਂ 3 ਵਜੇ ਮਾਰਚ ਕਰਾਂਗੇ। ਉਸ ਤੋਂ ਪਹਿਲਾਂ ਪਰ
ਇਹ ਕਹਿਣ ਦੇ ਬਾਵਜੂਦ ਵੀ ਆਪਾਂ ਮਾਰਚ ਕਰਾਂਗੇ, ਉਦੋਂ ਪਹਿਲਾਂ ਅਸੀਂ ਅਖਬਾਰ ਵਿੱਚ ਵੀ ਦੇ ਦਿੱਤਾ ਸੀ ਕਿ 3 ਵਜੇ ਮਾਰਚ ਕਰਾਂਗੇ, ਪਰ ਉਹ ਨੌਜਵਾਨ ਕੁਛ ਰੌਲਾ ਪਾਉਣੋਂ ਨਹੀਂ ਹਟੇ, ਡਿਸਟਰਬੈਂਸ ਕਰਨ ਨੂੰ ਨਹੀਂ ਹਟੇਗੇ। ਸਾਡੇ 2 ਐਕਸ਼ਨ ਕਮੇਟੀ ਮੈਂਬਰਾਂ ਨੇ ਕੁਝ ਨੌਜਵਾਨਾਂ ਨੂੰ ਜਾ ਕੇ ਪੁੱਛਿਆ ਵੀ ਤੁਸੀਂ ਕਿਉਂ ਰੌਲਾ ਗੌਲਾ ਪਾਉਂਦੇ, ਆਪਾਂ ਕੋਈ ਨਾ ਮਾਰਚ ਕਰਾਂਗੇ, ਪੱਕਾ ਹੈ, ਜ਼ਰੂਰ ਜਾਣਾ ਫੈਸਲਾ ਹੈ। ਉਹ ਕਹਿੰਦੇ ਅਸੀਂ ਤੁਹਾਡੀਆਂ ਲੰਬੀਆਂ ਲੰਬੀਆਂ ਤਕਰੀਰਾਂ ਸੁਣਨ ਥੋੜ੍ਹੀ ਆਉਂਦੇ ਹਾਂ, ਅਸੀਂ ਘਰ ਜਾ ਕੇ ਕੰਮ ਵੀ ਕਰਨੇ ਹਾਂ, ਪਸ਼ੂ ਡੰਗਰ ਸਾਂਭਣਾ ਹੈ, ਕੰਮ ਕਰਨਾ ਹੈ। ਸਾਡੇ ਐਕਸ਼ਨ ਕਮੇਟੀ ਮੈਂਬਰ ਨੇ ਕਿਹਾ ਵੀ ਅਸੀਂ ਵੀ ਕਿਹੜਾ ਮੰਗਲ ਗ੍ਰਹਿ ਤੋਂ ਆਏ ਹਾਂ, ਅਸੀਂ ਵੀ ਕੰਮ ਕਰਨਾ ਹੈ, ਅਸੀਂ ਵੀ ਬਾਲ ਬੱਚੇਦਾਰ ਹਾਂ, ਅਸੀਂ ਵੀ ਜਾਣਾ ਹੈ। ਪਰ ਜਦੋਂ ਰੈਲੀਆਂ ਹੁੰਦੀਆਂ ਨੇ, ਰੈਲੀਆਂ ਫਿਰ 3-3, 4-4 ਘੰਟੇ, ਤੁਹਾਨੂੰ ਵੀ ਪਤਾ ਚੈਨਲ ਵਾਲੇ ਵੀ ਰੈਲੀਆਂ 3-3, 4-4 ਘੰਟੇ ਚੱਲਦੀਆਂ, ਸਿਰਫ 1 ਘੰਟਾ ਅੱਧਾ ਘੰਟਾ ਰੈਲੀ ਚੱਲ ਕੇ ਤੋਰ ਲਈਏ ਤਾਂ ਇਤਰਾਜ਼ ਆਉਂਦਾ। ਦੂਸਰੀ ਗੱਲ, ਮੰਨ ਲਓ ਅਸੀਂ ਇੱਥੋਂ ਰੈਲੀ ਉਹਨਾਂ ਦੇ ਕਹੇ 12 ਵਜੇ ਤੋਰ ਲੈਂਦੇ, 1 ਵਜੇ ਤੋਰ ਲੈਂਦੇ, ਹੁਣ ਉਹਨਾਂ ਦਾ ਇਤਰਾਜ਼ ਹੈ, ਫਿਰ ਸਾਡੇ 'ਤੇ ਉਹਨਾਂ ਜਥੇਬੰਦੀਆਂ ਦਾ ਇਤਰਾਜ਼ ਵੀ ਤੁਸੀਂ ਸਾਨੂੰ ਸੱਦ ਕੇ ਸਮਾਂ ਨਹੀਂ ਦਿੱਤਾ, ਉਹਨਾਂ ਬੁਲਾਰਿਆਂ ਦਾ ਇਤਰਾਜ਼ ਵੀ ਤੁਸੀਂ ਸਾਨੂੰ ਸੱਦ ਕੇ ਸਮਾਂ ਨਹੀਂ ਦਿੱਤਾ ਗਾ, ਫਿਰ ਉਹਨਾਂ ਦਾ ਵੱਡਾ ਇਤਰਾਜ਼। ਐਕਸ਼ਨ ਕਮੇਟੀ ਤਾਂ ਇਸ ਗੱਲ 'ਤੇ ਖੜ੍ਹੀ ਹੈ ਵੀ ਠੀਕ ਗੱਲ 'ਤੇ ਖੜ੍ਹੀ ਹੈ ਵੀ ਠੀਕ ਗੱਲ ਇਹ ਆ ਵੀ ਕੋਈ ਐਕਸ਼ਨ ਕਮੇਟੀ ਨੇ ਸੋਚ ਕੇ ਵੀ ਇਹਦੇ ਵਿੱਚ ਕੋਈ ਗੜਬੜ ਨਹੀਂ ਹੋਣੀ ਚਾਹੀਦੀ, ਕੋਈ ਰੌਲਾ ਰੱਪਾ ਨਹੀਂ ਹੋਣਾ ਚਾਹੀਦਾ। ਜਿਹੜੇ ਨੌਜਵਾਨ ਇੱਥੇ ਰੌਲਾ ਪਾ ਰਹੇ ਹਨ ਵੀ ਉਹ ਸ਼ਹਿਰ 'ਚ ਜੇ ਕੋਈ ਰੌਲਾ ਪਾਤਾ ਤਾਂ ਜਸਪਾਲ ਵਾਲੀ ਗੱਲ ਪਿੱਛੇ ਚਲੀ ਜਾਣੀ ਹੈ, ਜਸਪਾਲ ਵਾਲੀਆਂ ਮੰਗਾਂ ਪਿੱਛੇ ਚਲੀਆਂ ਜਾਣੀਆਂ, ਉਹ ਦੂਜੀ ਗੱਲ ਫੇਰ ਬਣ ਜਾਣੀ ਆ ਵੀ ਐਕਸ਼ਨ ਕਮੇਟੀ ਦੇ ਪਰਚੇ ਰੱਦ ਕਰੋ, ਐਕਸ਼ਨ ਕਮੇਟੀ ਦੀ ਜਿਹੜੀ ਲੜਾਈ ਹੈ ਉਹ ਕੇਸਾਂ ਵੱਲ ਤੁਰ ਜਾਣੀ ਹੈ, ਜਸਪਾਲ ਸਿੰਘ ਵਾਲੀ ਲੜਾਈ ਪਿੱਛੇ ਰਹਿ ਜਾਣੀ ਹੈ। ਇਸ ਕਰਕੇ ਸੋਚ ਗਿਣ ਕੇ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਵੀ ਆਪਾਂ ਲੜਾਈ ਜਸਪਾਲ ਸਿੰਘ ਦੀ ਲਾਸ਼ ਲੈਣ 'ਤੇ ਕੇਂਦਰਿਤ ਕਰਨੀ ਹੈ, ਜਸਪਾਲ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ 'ਤੇ ਕੇਂਦਰਿਤ ਕਰਨੀ ਹੈ। ਇਸ ਕਰਕੇ ਕੋਈ ਨਹੀਂ, ਜੇ ਅੱਜ ਐਕਸ਼ਨ ਆਪਾਂ ਮੁਜ਼ਾਹਰਾ ਨਹੀਂ ਕੀਤਾ, 1 ਮੁਜ਼ਾਹਰੇ ਨੇ ਨਹੀਂ ਕੋਈ ਡਿਸਾਈਡ ਕਰ ਦੇਣਾ। ਅਸੀਂ 2012 'ਚ ਇੱਥੇ ਉਹ ਲੜਕੀ ਅਗਵਾ ਹੋਈ ਹੈ, ਅਸੀਂ ਮੈਨੂੰ ਲੱਗਦਾ ਵੀ ਦਰਜਨਾਂ ਮੁਜ਼ਾਹਰੇ ਕੀਤੇ ਨੇ, ਕੋਈ 1 ਮੁਜ਼ਾਹਰੇ ਨਾਲ ਮਸਲਾ ਤਾਂ ਨਹੀਂ ਹੱਲ ਹੋਣਾ, ਕਦੇ ਨਹੀਂ 1 ਮੁਜ਼ਾਹਰੇ ਨਾਲ ਮਸਲਾ ਹੱਲ ਹੋਇਆ। ਜੇ ਉਦੇ ਐਡਾ ਇਕੱਠ ਹੋਇਆ ਸੀ, 5 ਨੂੰ ਫਿਰ ਉੱਡਾ ਇਕੱਠ ਕਰ ਦਿਆਂਗੇ। ਲੱਗਦਾ ਉਹ ਜਿਹੜੀ ਜਥੇਬੰਦੀ ਤੁਹਾਡੇ ਨਾਲ ਨਾਰਾਜ਼ ਹੋਈਆਂ ਤੁਹਾਡੇ ਨਾਲ ਆਉਣਗੀਆਂ, ਇਹ ਉਹਨਾਂ ਦੀ ਮਰਜ਼ੀ ਹੈ ਜੀ, ਇਹ 'ਚ ਉਹਨਾਂ ਨੂੰ ਪੁੱਛੋ, ਅਸੀਂ ਤਾਂ ਨਹੀਂ ਕਹਿ ਸਕਦੇ ਗੇ ਵੀ ਉਹ ਆਉਣਗੇ ਕਿ ਨਹੀਂ ਆਉਣਗੇ, ਤਾਂ ਉਹਨਾਂ ਦੀ ਮਰਜ਼ੀ ਹੈ। ਉਹਨਾਂ ਵੱਲੋਂ ਤੁਸੀਂ ਹੁਣੇ ਗੱਲ ਕੀਤੀ ਕਿ ਸ਼ਾਇਦ ਮੁੰਡੇ ਪਿੰਡ ਸ਼ਹਿਰ ਦੇ ਵਿੱਚ ਜਾਂਦੇ ਕੋਹਲੜਬਾਜ਼ੀ ਕਰਦੇ, ਉਹਨਾਂ ਨੇ ਬਾਅਦ 'ਚ ਪ੍ਰੋਟੈਸਟ ਕੀਤਾ ਵੀ, ਸ਼ਹਿਰ 'ਚ ਗਏ ਵੀ, ਵਾਪਸ ਵੀ ਫਿਰ ਇੱਥੇ ਪਹੁੰਚੇ, ਕੋਈ ਹੁਲੜਬਾਜ਼ੀ ਨਹੀਂ ਹੋਈ? ਨਹੀਂ, ਉਹਦੇ 'ਚ ਸਵਾਲ ਦੂਜਾ ਹੈ ਵੀ ਉਹ ਐਕਸ਼ਨ ਕਮੇਟੀ ਦੀ ਅਗਵਾਈ 'ਚ ਹੁਲੜਬਾਜ਼ੀ ਕਰਨਾ, ਰਿਸਪੋਂਸੀਬਿਲਟੀ ਜ਼ਿੰਮੇਵਾਰੀ ਐਕਸ਼ਨ ਕਮੇਟੀ ਦੀ ਬਣ ਜਾਂਦੀ ਹੈ। ਜੇ ਕਿਸੇ ਹੋਰ ਦੀ ਅਗਵਾਈ 'ਚ ਐਕਸ਼ਨ ਉਹਨਾਂ ਨੇ ਕੀਤਾ ਤਾਂ ਫਿਰ ਉਹਦੀ ਜ਼ਿੰਮੇਵਾਰੀ ਬਣਨੀ ਸੀਗੀ ਵੀ ਜੇ ਉਹ ਹੁਲੜਬਾਜ਼ੀ ਕਰਦੇ ਤਾਂ ਜ਼ਿੰਮੇਵਾਰੀ ਜਵਾਬਦੇਹ ਉਹਨੂੰ ਹੋਣਾ ਪੈਣਾ ਸੀ ਜਿਹਦੀ ਅਗਵਾਈ 'ਚ ਕੀਤਾ ਹੈ। ਇਸ ਕਰਕੇ ਉਹਨਾਂ ਨੇ ਜਾਣ ਬੁੱਝ ਕੇ, ਅਸੀਂ ਨਹੀਂ ਕਹਿੰਦੇ ਵੀ ਉਹਨਾਂ ਨੇ ਕਰਨਾ ਸੀ, ਸਾਨੂੰ ਕਿਹੜਾ ਪੱਕਾ ਪਤਾ, ਸਾਡਾ ਤਾਂ ਇਹੀ ਅੰਦਾਜ਼ਾ ਸੀ ਵੀ ਜਿਹੜਾ ਸਟੇਜ 'ਤੇ ਰੌਲਾ ਗੌਲਾ ਪੈ ਰਿਹਾ, ਸਟੇਜ ਦੀ ਮੰਨ ਹੀ ਨਹੀਂ ਰਹੇ, ਜੇ ਕੋਈ ਕਮਾਂਡ ਹੀ ਨਹੀਂ ਮੰਨ ਰਿਹਾ, ਮਤਲਬ ਵੀ ਕੋਈ ਕਮਾਂਡ ਹੀ ਪ੍ਰਵਾਨ ਕਰਨ ਨੂੰ ਤਿਆਰ ਨਹੀਂ ਗਾ, ਫਿਰ ਉੱਥੇ ਜਾ ਕੇ ਕੋਈ ਵੀ ਕੋਈ ਰੌਲਾ ਗੌਲਾ ਪੈ ਸਕਦਾ। ਫਿਰ ਉਹਦੀ ਬੂਟਾ ਸਿੰਘ ਜੀ 3 ਵਜੇ ਤੋਂ ਬਾਅਦ ਦੇ ਵਿੱਚ 10 ਵੀ ਇੱਥੇ ਸੀ, 3 ਵਜੇ ਤੋਂ ਬਾਅਦ 'ਚ ਉਹਨਾਂ ਮੁੰਡਿਆਂ ਨੇ ਵੀ ਗੱਲਬਾਤ ਕੀਤੀ ਗਈ ਸੀ, 3 ਵਜੇ ਤੱਕ ਸੰਘਰਸ਼ ਕਮੇਟੀ ਨੇ ਪ੍ਰੋਗਰਾਮ ਨਹੀਂ ਸੀ ਉਲੀਕਿਆ, ਸ਼ਾਇਦ 3 ਵਜੇ ਤੱਕ ਵੀ ਸਪੀਚ ਚੱਲਦੀ ਸੀ, ਤੁਹਾਡੀ ਗੱਲਬਾਤ ਹੋਈ ਸੀ ਉਹਨਾਂ ਮੁੰਡਿਆਂ ਦੇ ਨਾਲ, ਖਾਸ ਕਰਕੇ ਲੱਖੇ ਸਧਾਣੇ ਦੇ ਨਾਲ ਜਿਹੜੀ ਪਾਰਟੀ ਸੀ ਉਹਨਾਂ ਦੇ ਹੋਰ ਵੀਰ ਸੀ, ਤੁਸੀਂ ਕਿਹਾ ਸੀ 3 ਵਜੇ ਦਾ ਟਾਈਮ, ਸ਼ਾਇਦ 3 ਵਜੇ ਤੋਂ ਬਾਅਦ 'ਚ ਉਹਨਾਂ ਨੇ ਬਾਅਦ 'ਚ ਮਾਰਚ ਕੀਤਾ, ਤੁਹਾਡੇ ਵੱਲੋਂ ਮਾਰਚ ਨਹੀਂ ਕੱਢਿਆ ਗਿਆ? ਜਿਸ ਵੇਲੇ ਉਹ ਮਾਰਚ ਲੈ ਕੇ ਚਲੇ ਗਏ, ਅਸੀਂ ਉਸ ਵੇਲੇ ਫੈਸਲਾ ਇਹ ਕਰ ਲਿਆ ਵੀ ਹੁਣ ਉਹ ਮਾਰਚ ਲੈ ਕੇ ਚਲੇ ਗਏ, ਕਿਉਂਕਿ ਇੱਥੋਂ ਹੌਲੀ ਕਾਫੀ ਦੂਰ ਤੋਂ ਮਾਰਚ ਨਿਕਲਿਆ ਉੱਧਰਲੇ ਪਾਸੇ ਸਟੇਜ ਵਾਲੇ ਪਾਸੇ ਘੁੰਮ ਕੇ ਆਇਆ ਵੀ ਉਹ ਕਾਫੀ ਦੂਰ, ਅਸੀਂ ਉਦੋਂ ਫੈਸਲਾ ਕਰ ਲਿਆ ਐਕਸ਼ਨ ਕਮੇਟੀ ਨੇ ਵੀ ਉਹ ਲੈ ਕੇ ਮਾਰਚ ਚਲੇ ਗਏ, ਆਪਾਂ ਨੂੰ ਹੁਣ ਮਾਰਚ ਲੈ ਕੇ ਨਹੀਂ ਜਾਣਾ ਚਾਹੀਦਾ, ਆਪਾਂ ਅਲੱਗ ਡੇਟ 'ਤੇ ਅਲੱਗ ਸਮੇਂ 'ਤੇ ਆਪਾਂ ਮਾਰਚ ਬਾਅਦ 'ਚ ਕਰਾਂਗੇ, ਉਹਨਾਂ ਨੂੰ ਅੱਜ ਕਰ ਲੈਣ ਦਿਓ। ਹੁਣ ਤੁਸੀਂ 5 ਤਰੀਕ ਦਾ ਰੱਖਿਆ ਵਾ, ਕੀ ਲੱਗਦਾ ਪ੍ਰਸ਼ਾਸਨ ਦੇ ਅਤੇ ਕੰਨਾਂ 'ਤੇ ਸ਼ਾਇਦ ਜੂਨ ਹੀ ਸਰ ਕਰੇ? ਪ੍ਰਸ਼ਾਸਨ ਤਾਂ ਹਮੇਸ਼ਾ ਹੀ ਇਹ ਹੁੰਦਾ ਜੀ, ਉਹਨੇ ਹਮੇਸ਼ਾ ਹੀ ਟਾਲਣੀ ਹੁੰਦੀ ਹੈ, ਆਖਰ 'ਤੇ ਜਦੋਂ ਬਹੁਤ ਹੀ ਕੜੱਕੀ 'ਚ ਫਸਦਾ ਪ੍ਰਸ਼ਾਸਨ ਜਵਾਬਦੇਹ ਹੋਣਾ ਪੈਂਦਾ ਪ੍ਰਸ਼ਾਸਨ ਨੂੰ, ਉਦੋਂ ਹੀ ਪ੍ਰਸ਼ਾਸਨ ਗੱਲ ਮੰਨਦਾ। ਹੁਣ ਤੁਸੀਂ ਇਸ ਕੇਸ 'ਚ ਦੇਖ ਲਓ, ਅਜੇ ਤੱਕ ਪੰਜਾਬ ਦਾ ਮੁੱਖ ਮੰਤਰੀ ਅਮਰਿੰਦਰ ਸਿਉਂ ਨੇ 1 ਸ਼ਬਦ ਨਹੀਂ ਬੋਲਿਆ। ਜਿਹੜੇ ਅਮਰਿੰਦਰ ਸਿਉਂ ਦੂਜਿਆਂ ਦੀਆਂ ਸਰਕਾਰਾਂ ਵੇਲੇ ਦੋਸ਼ ਲਾਉਂਦੇ ਨੇ, ਦੂਜਿਆਂ ਨੂੰ ਕਹਿੰਦੇ ਨੇ ਕਿ ਹਰ ਗੱਲ ਦਾ ਮੁੱਖ ਮੰਤਰੀ ਜ਼ਿੰਮੇਵਾਰ ਹੁੰਦਾ ਹੈ, ਤਾਂ ਉਹ ਜਦੋਂ ਉਹਨਾਂ ਦੀ ਆਪਦੀ ਸਰਕਾਰ ਆਈ ਹੈ, ਉਹ ਆਪਦੀ ਸਰਕਾਰ ਦੇ ਵਿੱਚ ਇਸ ਘਟਨਾ ਨੂੰ ਚੱਲ ਕੇ ਪੂਰੇ ਪੰਜਾਬ ਦੇ ਵਿੱਚ ਰੌਲਾ ਪਿਆ ਹੋਇਆ, ਪੂਰੇ ਵਰਲਡ 'ਚ ਤੁਹਾਡੀਆਂ ਵੀਡੀਓ ਚੱਲਦੀਆਂ ਨੇ, ਚੈਨਲ ਚੱਲਦੇ ਨੇ, ਫੇਸਬੁੱਕਾਂ ਚੱਲਦੀਆਂ ਨੇ, ਯੂਟਿਊਬ ਚੱਲਦੀ ਹੈ, ਪਰ ਅਮਰਿੰਦਰ ਸਿੰਘ ਦੀ ਸਰਕਾਰ ਨੇ, ਉਹਦੇ ਮੰਤਰੀ ਨੇ, ਕਿਸੇ ਨੇ ਕੋਈ ਬਿਆਨ ਨਹੀਂ ਦਿੱਤਾ। ਅਗਲੀ ਗੱਲ, ਜਿਹੜੇ ਇੱਥੇ ਬੈਠਣ ਆਉਂਦੇ ਨੇ ਵੀ ਜਦੋਂ ਇੱਥੇ ਅਸੀਂ 2012 ਵਾਲਾ ਕੇਸ ਲੜਿਆ, ਉਦੋਂ ਸਰਕਾਰ ਇੱਥੇ ਅਕਾਲੀਆਂ ਦੀ ਸੀ, ਉਦੋਂ ਇਹੀ ਅਮਰਿੰਦਰ ਸਿੰਘ ਇੱਥੇ ਕੋਤਵਾਲੀ ਮੂਹਰੇ ਧਰਨਾ ਦੇ ਕੇ ਗਿਆ,
ਧਰਨਾ ਦੇ ਕੇ ਗਿਆ। ਇਹੀ ਕਿੱਕੀ ਢਿੱਲੋਂ ਸਾਡਾ MLA ਆ ਜਿਹੜਾ, ਉਦੋਂ ਇਹ MLA ਨਹੀਂ ਸੀ, ਉਦੋਂ ਇੱਥੇ ਆ ਕੇ ਧਰਨੇ 'ਚ ਬੈਠਾ। ਪਰ ਹੁਣ ਅੱਜ ਜਿਹੜੇ ਪ੍ਰਕਾਸ਼ ਸਿੰਘ ਬਾਦਲ ਹੈ, ਸੁਖਵੀਰ ਸਿੰਘ ਬਾਦਲ ਹੋਣੀ ਹੈ, ਉਹ ਸੱਤਾ 'ਚ ਹੈ ਨਹੀਂ ਗੇ, ਅੱਜ ਉਹ ਹਕੂਮਤ 'ਚ ਹੈ, ਅੱਜ ਹਕੂਮਤ 'ਚ ਹੈ ਨਹੀਂ ਗੇ। ਅੱਜ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਦੇ ਘਰ ਵੀ ਜਾਂਦਾ, ਸੁਖਵੀਰ ਸਿੰਘ ਬਾਦਲ ਇੱਥੇ ਵੀ ਆਉਂਦਾ, ਜਗਮੀਤ ਬਰਾੜ ਵੀ ਉਹਨਾਂ ਦੀ ਪਾਰਟੀ ਦਾ ਆਉਂਦਾ, ਹੋਰ ਲੀਡਰ ਵੀ ਉਹਨਾਂ ਦੀ ਪਾਰਟੀ ਦਾ ਆਉਂਦੇ ਨੇ। ਉਹਨਾਂ ਨੇ ਮਸਲੇ ਨਾਲ ਨਹੀਂ ਆਉਣਾ, ਉਹਨਾਂ ਨੇ ਆਪਦੀ ਸੱਤਾ ਦੇ ਹਿਸਾਬ ਨਾਲ ਆਉਣਾ ਅਤੇ ਆਪਦੇ ਵਿਰੋਧੀਆਂ ਨੂੰ ਉਹਦਾ ਵਿਰੋਧ ਨੂੰ ਮਤਲਬ ਲੋਕਾਂ ਸਾਹਮਣੇ ਪੇਸ਼ ਕਰਨ ਵਾਸਤੇ ਮੈਂ ਇੱਕ ਗੱਲ ਕਹਿਣੀ ਚਾਹੂੰਗੀ ਕਿ ਲੋਕ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਵੀ ਉਦੋਂ ਵੇਲੇ ਕਿਸੇ ਵੇਲੇ ਕਿਹਨੇ ਕੀ ਕੀਤਾ, ਕਿਸੇ ਵੇਲੇ ਕਿਹੜੇ ਨਹੀਂ ਕੀਤਾ। ਤੁਸੀਂ ਚੋਣਾਂ 'ਚ ਦੇਖਿਆ ਲੋਕਾਂ ਨੇ ਕਿਵੇਂ, ਕਿੰਨੇ ਲੋਕਾਂ ਨੇ ਸਵਾਲ ਕੀਤੇ ਨੇ, ਤੁਸੀਂ ਆਪ ਚੈਨਲ ਦੇ ਵਿੱਚ ਵੇਖਿਆ। ਲੋਕ ਨਾ ਅਕਾਲੀਆਂ ਦੀ ਸਰਕਾਰ ਨੂੰ ਭੁੱਲੇ ਹੋਏ ਨੇ, ਨਾ ਕਾਂਗਰਸ ਦੀ ਸਰਕਾਰ ਨੂੰ ਭੁੱਲੇ ਹੋਏ ਨੇ। ਸਾਡੇ ਲੋਕ ਤਾਂ ਫਰੀਦਕੋਟ ਦੇ ਲੋਕ ਤੁਸੀਂ ਪਿਛਲੇ ਸਮੇਂ 'ਚ ਦੇਖਿਆ ਸੰਘਰਸ਼ਾਂ 'ਤੇ ਟੇਕ ਰੱਖਦੇ ਆ ਅਤੇ ਸੰਘਰਸ਼ਾਂ 'ਤੇ ਟੇਕ ਰੱਖ ਕੇ ਹੁਣ ਲੜ ਰਹੇ ਹਾਂ। ਲੱਗਦਾ ਲਾਸਟ ਦੇ ਵਿੱਚ ਮੈਂ ਗੱਲ ਕਰੂੰਗਾ, ਜਿਵੇਂ ਪਰਿਵਾਰ ਦੀ ਮਾਤਾ ਇੱਥੇ ਬੈਠੀ ਆ, ਨਾਨਾ ਬੈਠਾ ਵਾ, ਉਹਨਾਂ ਦੇ ਪਾਪਾ ਇੱਥੇ ਆ ਜਸਪਾਲ ਦੇ, ਹਮੇਸ਼ਾ ਹੀ ਮਾਂ ਬਾਪ ਆਪਣੇ ਬੱਚਿਆਂ ਦੀ ਸੁੱਖ ਮੰਗਦਾ, ਪਰ ਇਹ ਮਾਂ ਬਾਪ ਜਿਹੜਾ ਕਹਿ ਰਿਹਾ ਕਿ ਸਾਡੇ ਬੱਚੇ ਦੀ ਲਾਸ਼ ਦੇ ਦਿਉ, ਅਤੇ ਉਹ ਪ੍ਰਸ਼ਾਸਨ ਵੱਲੋਂ ਅਜੇ ਲਾਸ਼ ਵੀ ਨਹੀਂ ਲਗਭਗ ਲੱਭ ਰਹੀ, ਉਹਨਾਂ ਵੱਲੋਂ ਖਪਾ ਦਿੱਤੀ ਜਾਂਦੀ ਆ, ਉਹਨਾਂ ਵੱਲੋਂ ਮਾਰ ਦਿੱਤੀ ਜਾਂਦੀ ਆ। ਲੱਗਦਾ ਨਹੀਂ ਕਿ ਇਹਦੇ ਵਿੱਚ ਕੁਝ ਗੁੰਝਲਤਾਈਆਂ, ਕੁਝ ਊਣਤਾਈਆਂ ਵਾਂ ਹੈਗੀਆਂ ਜਿਹੜੀਆਂ ਸ਼ਾਇਦ ਪ੍ਰਸ਼ਾਸਨ ਵੀ ਕਟਹਿਰੇ 'ਚ ਖੜ੍ਹਾ ਹੋ ਰਿਹਾ, ਸਰਕਾਰ ਵੀ ਕਟਹਿਰੇ 'ਚ ਖੜ੍ਹੀ ਹੋ ਰਹੀ, ਤਾਂ ਹੀ ਨਹੀਂ ਸਾਰਾ ਕੁਛ ਅੱਗੇ ਆ ਰਿਹਾ। ਦੇਖੋ ਕੁੱਲ ਮਿਲਾ ਕੇ ਤਾਂ ਐਂ ਆ ਵੀ ਸਰਕਾਰ ਛੇਤੀ ਕੀਤੇ ਜਾਂ ਪ੍ਰਸ਼ਾਸਨ ਛੇਤੀ ਕੀਤੇ ਕਿਸੇ ਦੀ ਕੋਈ ਗੱਲ ਮੰਨਣ ਨੂੰ ਤਿਆਰ ਨਹੀਂ ਹੁੰਦਾ ਛੋਟੀ ਮੋਟੀ ਲੜਾਈ ਨਾਲ। ਜਦੋਂ ਸਰਕਾਰ ਨੂੰ ਜਦੋਂ 2012 ਵਾਲਾ ਵੀ ਹੋਇਆ, ਜਦੋਂ ਬਹੁਤ ਜ਼ਿਆਦਾ ਐਕਸਪੋਜ਼ਰ ਹੋਇਆ ਸਰਕਾਰ ਦਾ, ਫਿਰ ਕੁੜੀ ਉਹਨਾਂ ਨੇ ਵਾਪਸ ਲਿਆ ਕੇ ਦਿੱਤੀ ਸਾਨੂੰ। ਇਸ 2.5-3 ਮਹੀਨੇ ਲਗਭਗ ਸੰਘਰਸ਼ ਚੱਲਿਆ, ਅਤੇ ਨੌਜਵਾਨ ਤਾਂ ਕਹਿੰਦੇ ਸੀ ਵੀ ਅੱਜ ਹੀ ਮਜ਼ਾਰੇ 'ਚ ਇਹਦਾ ਫੈਸਲਾ ਹੋ ਜਾਣਾ ਚਾਹੀਦਾ। ਉਹ 2.5-3 ਮਹੀਨੇ ਸੰਘਰਸ਼ ਚੱਲਿਆ, 2.5-3 ਮਹੀਨੇ ਸੰਘਰਸ਼ਾਂ ਤੋਂ ਬਾਅਦ ਉਹ ਇੱਥੇ ਉਹਨਾਂ ਨੂੰ ਕੁੜੀ ਲਿਆ ਕੇ ਵਾਪਸ ਦੇਣੀ ਪਈ। ਇਹ ਸੰਘਰਸ਼ ਕਿੰਨਾ ਲੰਬਾ ਹੁੰਦਾ, ਉਹਨਾਂ ਲੜਾਂਗੇ, ਜਸਪਾਲ ਦੀ ਲਾਸ਼ ਵੀ ਲਵਾਂਗੇ, ਜਸਪਾਲ ਦੇ ਪਰਿਵਾਰ ਨੂੰ ਦੋਸ਼ੀਆਂ ਨੂੰ ਸਜ਼ਾਵਾਂ ਵੀ ਦਵਾਵਾਂਗੇ, ਇਹਦੀ ਕਾਨੂੰਨੀ ਪੜਤਾਲ ਵੀ ਕਰਾਂਗੇ। ਲਗਾਤਾਰ ਇਹਦਾ ਸੰਘਰਸ਼ ਆਉਣ ਵਾਲੇ ਸਮੇਂ ਜਾਰੀ ਰਹੂ। ਲਾਸ਼ ਦੇ ਵਿੱਚ 5 ਤਰੀਕ ਨੂੰ ਕਿਹੋ ਜਿਹੇ ਫੈਸਲੇ ਲਏ ਜਾਣਗੇ, ਮੰਨ ਲਓ ਜੇ 5 ਤਰੀਕ ਤੱਕ ਲਾਸ਼ ਨਹੀਂ ਲੱਭਦੀ ਸੰਘਰਸ਼ ਕਮੇਟੀ ਵੱਲੋਂ? ਇਹ ਸੰਘਰਸ਼ ਕਮੇਟੀ ਦੀ ਮੀਟਿੰਗ ਕਰਕੇ ਕੋਈ ਅਗਲੇ ਫੈਸਲੇ, 5 ਤਰੀਕ ਨੂੰ ਸ਼ਾਇਦ ਕੋਈ ਐਲਾਨ ਨਾ ਕੀਤਾ ਜਾਵੇ, 1-2 ਦਿਨ ਦੇ ਬਾਅਦ ਮੀਟਿੰਗ ਕਰਕੇ ਸੰਘਰਸ਼ ਕਮੇਟੀ ਦੀ, ਐਕਸ਼ਨ ਕਮੇਟੀ ਦੀ, ਜਸਪਾਲ ਪੁਲਿਸ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੀ ਮੀਟਿੰਗ ਕਰਕੇ ਉਦੋਂ ਬਾਅਦ ਇਹ ਫੈਸਲੇ ਲਏ ਜਾ, ਅਗਲਾ ਫੈਸਲਾ ਬਾਅਦ 'ਚ ਮੀਟਿੰਗ ਕਰਕੇ ਲਿਆ ਜਾਊ। ਜਿਹੜਾ ਹੁਣ ਜਿਹੜਾ 5 ਤਰੀਕ ਦਾ ਹੈਗਾ ਵਾ, ਇੱਥੇ ਫਿਰ ਸੰਗਤ ਇਕੱਠੀ ਹੋਊਗੀ, ਅਤੇ ਉਸ ਤੋਂ ਬਾਅਦ ਦੇ ਵਿੱਚ ਪ੍ਰਦਰਸ਼ਨ ਕਿੱਧਰ ਨੂੰ ਕਰਨਾ? ਕਿਹੜੇ ਪ੍ਰਦਰਸ਼ਨ? ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਿਆ, ਸ਼ਹਿਰ ਦੇ ਵਿੱਚ ਦੀ ਲੰਘ ਕੇ ਜਾ ਕੇ ਕਿੱਕੀ ਢਿੱਲੋਂ ਜੋ ਸਾਡਾ MLA ਆ, ਜਿਨ੍ਹਾਂ ਨੂੰ ਅਸੀਂ ਵੋਟਾਂ ਪਾਈਆਂ ਨੇ, ਜਿਨ੍ਹਾਂ ਨੂੰ ਅਸੀਂ ਚੁਣਿਆ ਹੈ, ਸਾਡਾ ਉਹਨਾਂ 'ਤੇ ਅਧਿਕਾਰ ਵੀ ਹੈ, ਸਾਡਾ ਉਹਨਾਂ 'ਤੇ ਜ਼ੋਰ ਵੀ ਹੈ, ਉਹਨਾਂ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਸੀ, ਉਹਨਾਂ ਨੂੰ ਪਰਿਵਾਰ ਕੋਲ ਆਉਣਾ ਚਾਹੀਦਾ ਸੀ, ਹਮਦਰਦੀ ਕਰਨੀ ਚਾਹੀਦੀ ਸੀ ਪਰਿਵਾਰ ਨਾਲ, ਉਹਨਾਂ ਨੇ ਹਮਦਰਦੀ ਨਹੀਂ ਕੀਤੀ, ਉਲਟਾ ਸਾਡੇ ਮੈਂਬਰਾਂ ਨੂੰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ ਨੇ, ਸਾਡੇ ਬੰਦ ਨੂੰ ਰੋਕਣ ਦੀ ਯਤਨ ਕੀਤੀ ਹੈ, ਸਾਡੇ 29 ਤਰੀਕ ਨੂੰ ਆਉਂਦੇ ਹੋਏ ਜਨਤਾ ਨੂੰ ਰੋਕਿਆ, ਇਸ ਕਰਕੇ ਸਾਨੂੰ ਪ੍ਰੋਟੈਸਟ, ਅਸੀਂ ਉੱਧਰ ਪ੍ਰੋਟੈਸਟ ਕਰਨ ਜਾਵਾਂਗੇ। ਸੰਘਰਸ਼ ਕਮੇਟੀ ਤੋਂ ਸਰਦਾਰ ਬੂਟਾ ਸਿੰਘ ਨੇ ਗੱਲਬਾਤ ਕੀਤੀ ਹੈਗੀ ਹੈ ਕਿ ਜੇ 5 ਤਰੀਕ ਤੱਕ ਨਹੀਂ ਲਾਸ਼ ਲੱਭਦੀ ਤਾਂ ਅੱਗੇ ਸੰਘਰਸ਼ 'ਤੇ ਖਾ ਆਰੰਭ ਦਿੱਤਾ ਜਾਊਗਾ। ਸਾਡੇ ਨਾਲ ਇੱਕ ਬੇਟੀ ਹੈਗੀ ਆ ਹੇਮੰਤ ਸੰਧੂ, ਉਹਨਾਂ ਦੇ ਵਿਚਾਰ ਕੀ ਹੈਗੇ ਆ, ਕਿਸ ਤਰ੍ਹਾਂ ਦਾ ਸੰਘਰਸ਼ ਵਿੱਢਿਆ ਜਾਊਗਾ, ਕੀ ਲੱਗਦਾ ਅਗਲੀ ਰਣਨੀਤੀ ਕਿੱਦਾਂ ਦੀ ਹੋ ਸਕਦੀ ਆ? ਇਸ ਟਾਈਮ ਦੇ ਉੱਤੇ ਸੰਘਰਸ਼ ਕਮੇਟੀ ਦਾ ਇੱਕ ਹਿੱਸਾ ਹੈਗੇ ਆ, ਨਾਲ ਪ੍ਰੋਟੈਸਟ ਵੀ ਕਰ ਰਹੇ ਆ, ਕੀ ਕਹਿਣਾ ਚਾਹੋਗੇ? ਦੇਖੋ, ਇਹਨਾਂ ਨਾਲ ਪੂਰੇ ਪੰਜਾਬ ਦੀਆਂ ਔਰਤਾਂ ਜੁੜੀਆਂ ਹੋਈਆਂ, ਜਿਸ ਹਿਸਾਬ ਨਾਲ ਕਾਂਡ ਹੋਇਆ ਇਹਨਾਂ ਦਾ, ਇਹਨਾਂ ਨੂੰ ਇਨਸਾਫ ਜ਼ਰੂਰ ਮਿਲੂਗਾ ਜਿਸ ਹਿਸਾਬ ਨਾਲ ਇਹਨਾਂ ਦਾ ਕੰਮ ਚੱਲ ਰਿਹਾ ਹੈਗਾ। ਸੰਘਰਸ਼ ਕਮੇਟੀ ਸੰਘਰਸ਼ ਕਰ ਰਹੀ ਹੈਗੀ, ਸਾਰੇ ਪੰਜਾਬ ਦੀਆਂ ਜਿਹੜੀਆਂ ਜਨਤਕ ਜਥੇਬੰਦੀਆਂ ਨੇਗੀਆਂ ਉਹ ਇਹਨਾਂ ਨਾਲ ਜੁੜੀਆਂ ਹੋਈਆਂ ਨੇਗੀਆਂ। ਭਾਰਤੀ ਕਿਸਾਨ ਯੂਨੀਅਨ, ਏਕਤਾ ਉਗਰਾਹਾਂ, ਖੇਤ ਮਜ਼ਦੂਰ ਯੂਨੀਅਨ, ਪੰਜਾਬ ਸਟੂਡੈਂਟ ਯੂਨੀਅਨ, ਇਹਨਾਂ ਨਾਲ ਜੁੜੀਆਂ ਹੋਈਆਂ। ਮੈਨੂੰ ਲੱਗਦਾ ਵੀ ਕੁਛ ਕੁ ਟਾਈਮ ਪਾ ਕੇ ਸੰਘਰਸ਼ ਦਾ ਆਪਾਂ ਨੂੰ ਲੰਬਾ ਸਮਾਂ ਹੋ ਚੱਲਿਆ। ਜੇ ਸੰਘਰਸ਼ ਦੀ ਗੱਲ ਕਰਦੇ ਹਾਂ, ਹੁਣ ਵੀ ਪਰਿਵਾਰ ਨਾਲ ਗੱਲ ਕੀਤੀ ਸੀ ਅਤੇ ਉਹਨਾਂ ਨੇ ਕਿਹਾ ਸੀ ਕਿ ਇੱਥੇ ਪ੍ਰਸ਼ਾਸਨ ਅੜ ਕੇ ਸਾਡੇ ਕੋਲੋਂ ਮਾਫ਼ੀ ਮੰਗ ਕੇ ਵੀ ਦੱਸ ਸਕਦਾ ਕਿ ਇਹ ਲਾਸ਼ ਨਹੀਂ ਲੱਭ ਰਹੀ ਜਾਂ ਕੁਛ। ਤੁਹਾਨੂੰ ਕੀ ਲੱਗਦਾ ਇਹਨਾਂ ਗੱਲਾਂ ਨਾਲ ਸਹਿਮਤ ਹੋ? ਦੇਖੋ, ਸੰਘਰਸ਼ ਜਿਹੜੇ ਲੰਬੇ ਹੁੰਦੇ ਆ ਉਹ ਠੀਕ ਹੈ, ਵੀ ਮੈਂ ਕਹਿੰਦੀ ਹਾਂ ਵੀ ਜਿਵੇਂ ਜਲਦੀ ਆਪਾਂ ਨੂੰ ਨਹੀਂ ਮਿਲਦਾ ਕਈਆਂ ਦਾ ਆਂਸਰ, ਅਤੇ ਸੰਘਰਸ਼ ਲੰਬੇ ਹੋਣਗੇ ਤਾਂ ਜ਼ਿਆਦਾ ਜਿੱਤ ਜਲਦੀ ਦਾ ਸੋਚ ਸਕਦੇ ਹਾਂ ਅਸੀਂ, ਪਰ ਜਲਦੀ ਇੱਕ ਹੁੱਲੜਬਾਜ਼ੀ ਨਾਲ ਨਹੀਂ ਹੋ ਸਕਦਾ।
हाँ बिल्कुल जी, वेख सकते हैं कि अगला संघर्ष जो विढ़िया जाऊगा 5 तरीक तो बाद किस तरह इंसाफ मिलता हैगा वा। इस टाइम जो गल करते हैं परिवार की, तो परिवार ने दस दिता कि कोई भी प्रशासनिक अधिकारी इत्थे नहीं पहुँचा, सरकारी नुमाइंदा कोई नहीं पहुँचा। परिवार भी दस रहा कि किक्की ढिल्लों जेडे कि MLA है इस हल्के तो उन्हां नूं वोटां पा के जिताउण दे विच मुढ़ला सहयोग भी हैगा उन्हां दा, परिवारक रिलेशन भी हैगे आ, पर कित्थे हैगे आ किक्की ढिल्लों जी, क्यों नहीं पहुँचे, ये तो सवाल खड़े करता हैगा उन्हां ते भी। परिवार नाल हमदर्दी क्यों नहीं कीती? जे विरोधी धिर की गल करते हैं तो सरदार प्रकाश सिंह बादल, सुखबीर सिंह बादल ते आम आदमी पार्टी के नुमाइंदे ते होर जनतक जथेबंदे की गल करते हैं संघर्ष कमेटी के नाल खड़ियां हैगियां वा, पर प्रशासनिक अधिकारी ते दूजे पासे सरकार क्यों दूर हैगी आ, इस सवालों का जवाब तो सरकार दे सकती है जां प्रशासनिक अधिकारी दे सकते हैं। देखते हैं आने समय के किस तरह साफ मिलता वा, एक माँ नूं अपने पुत की लाश मिलती है कि जां प्रशासन इस तरह खामोश रहिंदा वा, जां सरकार वालों कैप्टन अमरिंदर सिंह दा शायद कोई बयान आवे तो कोई ना कोई हिलजुल होवे, कोई ना कोई हिलजुल हो के इस परिवार नूं साफ मिल सके। वाहेगुरु जी का खालसा, वाहेगुरु जी की फतेह। अकाल चैनल नूं सबस्क्राइब करो, नवी वीडियोस दी नोटिफिकेशन दे लई बैल आइकन नूं क्लिक करना ना भुलना।